ਸਸਕਾਲ ਜੀ ਸੋ ਅੱਜ ਅਸੀਂ ਪ੍ਰਿੰਸੈਸ ਮਾਰਗਰੇਟ پارک ਦੇ ਵਿੱਚ ਪਹੁੰਚੇ ਹੋયા ਜੀ 70 ਤੇ 128 ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਆ ਜੀ ਤੀਜਾ ਪਿੰਡੂ ਖੇਡ ਮੇਲਾ ਨੂੰ ਦਾ ਖਾਸ ਕਰਕੇ ਤੁਸੀਂ ਤਾਂ ਟਿਕਟੋਕ ਤੇ ਰੌਣਕਾ ਲਾ ਕੇ ਰੱਖਦੇ ਹੋ ਥੈਂਕ ਯੂ ਥੈਂਕ ਯੂ ਬੜਾ ਸੋਹਣਾ ਲੱਗਦਾ ਕਹਿੰਦੇ ਨੇ ਕੰਮ ਤੋਂ ਥੱਕੇ ਟੁੱਟੇ ਜਦੋਂ ਤੁਹਾਡੀ ਵੀਡੀਓ ਦੇਖ ਲੈਣ ਖੁਸ਼ ਹੋ ਜਾਈ ਅੱਜ ਦਾ ਇਹ ਮੁੰਡਿਆਂ ਨੇ ਸਾਨੂੰ ਪਿੰਡ ਦੀ ਸੱਚ ਯਾਦ ਕਰਾਤੀ ਇਹ ਯਾਦਗਾਰੀ ਮੇਲਾ ਹੋ ਨਿਭੜਿਆ ਕਿੰਨੇ ਸੋਹਣੇ ਮਾਹੌਲ ਦੇ ਵਿੱਚ ਇਹ ਇਮਾਨਦਾਰੀ ਨਾਲ ਬੜੀ ਤਾਂ ਗੱਲ ਆ ਸਾਰਿਆਂ ਨੇ ਇਮਾਨਦਾਰੀ ਨਾਲ ਖੇਡੇ ਆ ਕੋਈ ਇਸ਼ਾਰਾ ਨਹੀਂ ਕੀਤਾ ਹੈ ਆ ਕੋਈ ਸ ਨੇ ਇੰਜੋਏ ਕੀਤਾ ਸਾਰੇ ਨੇ ਫੁੱਲੋਂ ਜॉय ਕੀਤਾ ਖੇਡਿਆ ਇਹ ਬ੍ਰੇਨ ਨੂੰ ਬਹੁਤ ਤਾਜ਼ਾ ਕਰਦੀ ਆ ਇਸ ਕਰਕੇ ਜਿੰਨੇ ਸਿਆਣੇ ਲੋਕ ਆ ਉਹ ਜ਼ਿਆਦਾ ਇਹਨੂੰ ਲਾਈਕ ਕਰਦੇ ਇੱਕ ਤਾਂ ਖੇਡ ਕੇ ਬੰਦਾ ਸਰੀਰਕ ਤੌਰ ਤੇ ਫਿੱਟ ਰਹਿੰਦਾ ਆ ਤੇ ਮੈਂਟਲੀ ਵੀ ਉਹ ਫਿੱਟ ਹੋ ਜਾਂਦਾ ਆ ਸਾਂਝਾ ਦੇ ਵੀ ਦੇਖ ਰਹੇ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਰਫਤਾ ਸਿੰਘ ਵੱਲੋਂ ਪਿਆਰ ਸਤਿਕਾਰ ਤੇ ਅਰਬ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸੋ ਅੱਜ ਅਸੀਂ ਪ੍ਰਿੰਸੈਸ ਮਾਰਗਰੇਟ پارک ਦੇ ਵਿੱਚ ਪਹੁੰਚੇ ਹੋਏ ਹਾਂ ਜੀ 70 ਤੇ 128 ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹਾਂ ਜੀ ਤੀਜਾ ਪਿੰਡੂ ਖੇਡ ਮੇਲਾ 2023 ਦਾ ਸੋ ਜਿੰਨੇ ਵੀ ਆਰਗੇਨਾਈਜ਼ਰ ਨੇ ਸਾਰਿਆਂ ਦੀਆਂ ਫੋਟੋਆਂ ਵੀ ਇੱਥੇ ਲੱਗੀਆਂ ਨੇ ਤੇ ਅਸੀਂ ਪਹੁੰਚੇ ਹਾਂ ਜੀ ਬਹੁਤ ਸੋਹਣਾ ਜਿੱਦਾਂ ਪੰਜਾਬ ਦੇ ਵਿੱਚ ਟੂਰਨਾਮੈਂਟ ਹੁੰਦੇ ਨੇ ਨਿੱਕੇ ਨਿੱਕੇ ਗੇਮਾਂ ਹੁੰਦੀਆਂ ਨੇ ਜੀ ਬਹੁਤ ਸੋਹਣੀ ਗੇਮਾਂ ਹੋ ਰਹੀਆਂ ਨੇ ਤੇ ਬੜਾ ਵੈਲ ਆਰਗੇਨਾਈਜ਼ ਆ ਜੀ ਇੱਥੇ ਤੇ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਨੇ ਖਾਣ ਪੀਣ ਦਾ ਵੀ ਪ੍ਰਬੰਧ ਕੀਤਾ ਹੋਇਆ ਤੇ ਗੇਮਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਮਿਊਜ਼ੀਕਲ ਚੇਅਰ ਜਿਹਦੇ ਵਿੱਚ ਕ੍ਰਿਕਟ ਦੇ ਮੁਕਾਬਲੇ ਵੀ ਹੋ ਰਹੇ ਨੇ ਤੁਸੀਂ ਮੇਰੇ ਇੱਧਰ ਖੱਬੇ ਪਾਸੇ ਦੇਖ ਸਕਦੇ ਆਂ ਤਾਂਸ਼ੀਬ ਦੇ ਮੁਕਾਬਲੇ ਵੀ ਹੋ ਰਹੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਅਵਾਰਡ ਦਿਖਾ ਦਿੰਨੇ ਆ ਜਿਹੜੇ ਇਹ ਅਵਾਰਡ ਨੇ ਜੀ ਆਹ ਅਵਾਰਡ ਜਿਹੜੇ winner ਹੋਣਗੇ ਜਿਹੜੇ ਕ੍ਰਿਕਟ ਦੇ ਵਿੱਚੋਂ winner ਹੋਣਗੇ ਜਾਂ ਜਿਹੜੇ ਤਾਂਸ਼ੀਬ ਦੇ ਮੁਕਾਬਲੇ ਹੋਣੇ ਨੇ ਉਹਦੇ ਵਿੱਚੋਂ winner ਹੋ ਐਲਈਡੀਆਂ ਪਈਆਂ ਨੇ ਜੀ ਇਹ ਐਲਈਡੀਆਂ ਵੀ ਜਿਹੜੇ winner ਹੋਣਗੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਨਾਲ ਨਾਲ ਹੁਣੇ 뮤지컬 ਚੇਅਰ ਜਿਹੜਾ ਕੰਪੀਟੀਸ਼ਨ ਹੋ ਕੇ ਟਿਆ ਸੀ ਉਹਦੇ ਵਿੱਚੋਂ ਇੱਕ ਬੱਚੀ ਨੇ win ਕੀਤਾ ਜੀ 600 ਡਾਲਰਸ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਬੜਾ ਵਧੀਆ ਤੀਜਾ ਹੈ ਜਿਹੜਾ ਪਿੰਡੂ ਖੇਡ ਮੇਲਾ ਹੋ ਰਿਹਾ ਜੀ ਬੜਾ ਵਧੀਆ ਚੱਲ ਰਿਹਾ ਇਸ ਟਾਈਮ ਤੇ ਇਹਦੇ ਜਿਹਨੇ ਵੀ ਪ੍ਰਬੰਧਕ ਨੇ ਉਹਨਾਂ ਨਾਲ ਵੀ ਆਪਾਂ ਅਗਲਾ ਬਤਾ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਗੇਮਾਂ ਵੀ ਜ਼ਰੂਰ ਦਿਖਾਵਾਂਗੇ ਵੈਦਰ ਬਹੁਤ ਸੋਹਣਾ ਜੀ ਪਰਿਵਾਰਾਂ ਨੂੰ ਆਉਣਾ ਚਾਹੀਦਾ ਹੁੰਦਾ ਜਦੋਂ ਕਿਤੇ ਵੀ ਪਰਿਵਾਰਾਂ ਨੂੰ ਪਤਾ ਲੱਗਦਾ ਕਿ ਖੇਡ ਮੇਲਾ ਹੋ ਰਿ ਦੇ ਵਿੱਚ ਜੇ ਆਪਾਂ ਗੱਲ ਕਰੀਏ 70 ਤੋਂ 128 ਉਹਦੇ ਜਿੱਥੇ ਸਾਰਾ ਪੰਜਾਬੀਆਂ ਦੇ ਨਾਲ ਏਰੀਆ ਭਰਿਆ ਹੋਇਆ ਜੀ ਪਰ ਉਹ ਉਨੀ ਗਿਣਤੀ ਪਰਿਵਾਰਾਂ ਦੀ ਥੋੜੀ ਆ ਪਰ ਜਿੰਨੇ ਵੀ ਪਰਿਵਾਰ ਇੱਥੇ ਪਹੁੰਚੇ ਹੋਣੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਪਰ ਬਹੁਤ ਸੋਹਣਾ ਟੂਰਨਾਮੈਂਟ ਜਿਹੜਾ ਚੱਲ ਰਿਹਾ ਇੱਕ ਵਾਰੀ ਇਹ ਥੋੜਾ ਜਿਹਾ ਕੈਮਰਾ ਘੁਮਾ ਕੇ ਚਾਰੇ ਪਾਸੇ ਦਿਖਾ ਦਿਓ ਜੀ ਜਿਹੜੀਆਂ ਚਿਹਰੇ ਤੁਸੀਂ ਲੱਗੀਆਂ ਦੇਖ ਰਹੇ ਹੋ ਜਿਹੜੇ ਇਹ ਝੁੰਡ ਦੇਖ ਰਹੇ ਹੋ ਬਿਲਕੁਲ ਤੁਹਾਨੂੰ ਪੰਜਾਬ ਵਾਲੀ ਫੀਲਿੰਗ ਜਿਹੜੀ ਇਸ ਟਾਈਮ ਆ ਰਹੀ ਹੋਣੀ ਆ ਸੋ ਤੁਸੀਂ ਦੇਖ ਸਕਦੇ ਹੋ ਉਹ ਜਿਹੜੀ ਆ ਜਿੱਦਾਂ ਦੇ ਪਾਸੇ ਕਾਫੀ ਸਾਰਾ ਇਕ ਰਹੇ ਨੇ ਜੀ ਉਹਦੇ ਜੋ ਜਿਹੜਾ ਜੇਤੂ ਹੋਗਾ ਉਹਨਾਂ ਨੂੰ ਅਵਾਰਡ ਦਿੱਤੇ ਜਾਣਗੇ ਜੀ ਉਹਨਾਂ ਨੂੰ ਅਵਾਰਡ ਵੀ ਪਏ ਨੇ ਇੱਥੇ ਦੇ ਨਾਲ ਦੀ ਨਾਲ ਇੱਥੇ ਐਲਸੀਡੀਆਂ ਵੀ ਪਈਆਂ ਨੇ ਤੇ ਹੋਰ ਕੈਸ ਪ੍ਰਾਈਜ਼ ਵੀ ਉਹਨਾਂ ਨੂੰ ਦਿੱਤੇ ਜਾਣਗੇ ਸੋ ਜਿੰਨੇ ਵੀ ਟੇਬਲ ਲੱਗੇ ਨੇ ਸਾਰਿਆਂ ਦੇ ਤਾਂਸੀਬ ਦੇ ਮੁਕਾਬਲੇ ਚੱਲਦੇ ਨੇ ਸੋ ਅੱਜ ਹੀ ਮੁਕਾਬਲੇ ਚ ਸਟਾਰਟ ਨੇ ਤੇ ਅੱਜ ਹੀ ਫਾਈਨਲ ਜਿਹੜਾ ਇਹਦੇ ਵਿੱਚੋਂ ਚੁਣਿਆ ਜਾਣਾ ਸੋ ਹੁਣੇ 뮤지컬 ਸ਼ੇਅਰ ਹੋਈ ਸੀ ਤੇ ਨਾਲ ਦੀ ਨਾਲ ਕ੍ਰਿਕਟ ਦੇ ਟੂਰਨਾਮੈਂਟ ਜਿਹੜਾ ਇੱਥੇ ਕ੍ਰਿਕਟ ਦੇ ਵਿੱਚੋਂ ਵਿਨ ਹੋਊਗਾ ਉਹਨਾਂ ਨੂੰ ਵੀ ਅਵਾਰਡ ਦੇਣੇ ਆ ਤੇ ਨਾਲ ਦੀ ਨਾਲ ਤਾਂਸੀਬ ਪੰਜਾਬ ਦੀ ਜੇ ਗੱਲ ਕਰਦੇ ਜਦੋਂ ਪੰਜਾਬ ਦੇ ਵਿੱਚ ਹੁੰਦੇ ਸੀ ਤਾਂ ਨਾਲ-ਨਾਲ ਕਬੱਡੀ ਦਾ ਟੂਰਨਾਮੈਂਟ ਹੋਣਾ ਜਾਂ ਕੁਸ਼ਤੀਆਂ ਹੋਣੀਆਂ ਤਾਂ ਤਾਂਸੀਬ ਦੇ ਮੁਕਾਬਲੇ ਬਹੁਤ ਹੁੰਦੇ ਸੀ ਕਿਉਂਕਿ ਆਪਣੇ ਬਜ਼ੁਰਗ ਜਦੋਂ ਵੀ ਵਿ ਕਹਿੰਦੇ ਨੇ ਜੀ ਇਹਦੇ ਵਿੱਚ ਪੈਸੇ ਲਾ ਕੇ ਖੇਡਦੇ ਆ ਜਾਂਦੇ ਚ ਕਿਉਂਕਿ ਆਪਣੇ ਬਜ਼ੁਰਗ ਨੇ ਜਿਹੜੇ ਜਦੋਂ ਉਹਨਾਂ ਕੋਲੇ ਵਿਹਲਾ ਟਾਈਮ ਪੰਜਾਬ ਦੇ ਵਿੱਚ ਕਿਉਂਕਿ ਬੜੀ ਹੱਡ ਤੋੜਵੀਂ ਮਿਹਨਤ ਕਰਦੇ ਆ ਬਜ਼ੁਰਗ ਪਰ ਜਦੋਂ ਵੀ ਉਹਨਾਂ ਕੋਲੇ ਛੋੜਾ ਮੋਟਾ ਵਿਹਲਾ ਟਾਈਮ ਹੁੰਦਾ ਸੀ ਤਾਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਣੇ ਹਮ ਉਮਰ ਦੇਆਂ ਨਾਲ ਬੈਠ ਕੇ ਉਹ ਮੁਕਾਬਲੇ ਤਾਂ ਸੀ ਉੱਥੇ ਪਿੰਡ ਦੇ ਵਿੱਚ ਖੇਡਦੇ ਹੁੰਦੇ ਸੀ ਨਿੱਕੇ ਨਿੱਕੀਆਂ ਸ਼ਰਤਾਂ ਲਾ ਲਾ ਕੇ ਖੇਡਦੇ ਹੁੰਦੇ ਸੀ ਪਰ ਇੱਥੇ ਜਦੋਂ ਦੇਖਿਆ ਬਜ਼ੁਰਗਾਂ ਨੂੰ ਆ ਕੇ ਸਰੀਰ ਦੇ ਵਿੱਚ ਕੈਨੇਡਾ ਦੇ ਸਰੀਰ ਦੇ ਵਿੱਚ ਬਜ਼ੁਰਗ ਜਦੋਂ ਖੇਡਦੇ ਨੇ ਬੜਾ ਸੋਹਣਾ ਲੱਗਦਾ ਜਿਵੇਂ ਇੱਕ ਵਾਰੀ ਕੈਮਰਾ ਆਰਗੇਨਾਈਜ਼ਰ ਨੇ ਜਿਹੜੇ ਤੇ ਪਹਿਲਾਂ ਉਹਨਾਂ ਨੇ ਜਿਹੜਾ 뮤지컬 ਛੇਰ ਦਾ ਕੰਪੀਟੀਸ਼ਨ ਸੀਗਾ ਉਹਦੇ ਵਿੱਚੋਂ ਇੱਕ ਬੱਚੀ ਨੇ ਜਿੱਤੇ ਆ। ਉਹਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਅੱਗੇ ਚੱਲ ਕੇ ਆਪਾਂ ਜਿਹੜੇ ਪ੍ਰਬੰਧਕ ਨੇ ਇੱਥੋਂ ਦੇ ਆਰਗੇਨਾਈਜ਼ਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਉਣੇ ਤੇ ਜਿਹੜੇ ਖੇਡਣ ਆਏ ਨੇ ਬਜ਼ੁਰਗ ਆਪਣੇ ਬਾਪੂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਤੇ ক্রিকেট ਵਾਲੇ ਮੁੰਡੇ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਨਾਲ ਬੱਚਿਆਂ ਦੇ ਨਾਲ ਗੱਲਬਾਤ ਕਰਾਂ ਕਿ ਰਿਓ ਸਾਡੇ ਨਾਲ ਦੇਖਦੇ ਰਿਓ ਇਦਾਂ ਹੀ ਸੰਜਾ ਟੀਵੀ। ਸੋ ਆਜੋ ਆਪਾਂ ਗੱਲਬਾਤ ਕਰਦੇ ਹਾਂ ਜੀ। ਬਿਲਕੁਲ ਜੀ ਅਸੀਂ ਪਿੰਡੂ ਖੇਡ ਮੇਲੇ ਤੇ ਹੋ ਰਿਹਾ ਜੀ ਇਹ ਹਰ ਇੱਕ ਸਾਲ ਹੋਣਾ ਚਾਹੀਦਾ ਹੈ ਹਾਂ ਜੀ ਤੇ ਭੈਣਾ ਦਾ ਮਾਤਾ ਦਾ ਇਹਨਾਂ ਦਾ ਵੀ ਯੂਆਈ ਹੋ ਰਿਹਾ ਬਹੁਤ ਵਧੀਆ ਜੀ ਜੀ ਹਾਂ ਦਿਨ ਵੀ ਬੜਾ ਸੋਹਣਾ ਲੱਗਾ ਦਿਨ ਵੀ ਬਹੁਤ ਵਧੀਆ ਵਧੀਆ ਧੁੱਪ ਨਿਕਲੀ ਵੀ ਹੈ ਬਹੁਤ ਖੁੱਲੇ ਗਰਾਊਂਡ ਚ ਬਹੁਤ ਵਧੀਆ ਹੋ ਰਿਹਾ ਜੀ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲਦਾ ਉਹ ਬੜੀ ਠੀਕ ਹੈ ਜੀ ਪੰਜਾਬ ਤੋਂ ਕਿਹੜੇ ਪਿੰਡ ਤੋਂ ਹਾਂ ਤਲਵੰਡੀ ਫਤੂ ਮਤਲਬ ਕਿਦਾਂ ਲੱਗ ਰਿਹਾ ਪੰਜਾਬ ਮੰਗਰ ਮਾਹੌਲ ਹੋਇਆ ਬਿਲਕੁਲ ਬਹੁਤ ਵਧੀਆ ਮਾਹੌਲ ਬਣਿਆ ਜੀ ਵਧੀਆ ਦਿਨ ਬਹੁਤ ਵਧੀਆ ਲੱਗਾ ਤੇ ਬਹੁਤ ਰੌਣਕ ਮੇਲਾ ਪ ਕਿਦਾਂ ਲੱਗ ਰਿਹਾ ਤੁਹਾਨੂੰ ਬਹੁਤ ਸੋਹਣਾ ਵਧੀਆ ਬੜੇ ਇਸੇ ਕਮਾਲੇ ਹੁੰਦੇ ਆ ਐਸਾ ਹੁੰਦਾ ਰਹੇ ਅਸੀਂ ਆਪਾਂ ਐਨਜੋਏ ਕਰਦੇ ਰਹੀਏ ਹੈ ਐਨਜੋਏ ਕਰਨਾ ਦਾ ਟਾਈਮ ਐਨਜੋਏ ਕਰਦੇ ਜੇ ਸਾਡੇ ਕੋਲੇ ਹੋਰ ਕੀ ਅਸੀਂ ਐਨਜੋਏ ਕਰਨਾ ਜਿਹੜੇ ਲੈਨੇ ਆਪਣੇ ਪੂਰੇ ਜੀਵਨ ਲੱਗੀਆਂ ਨਜ਼ਾਰੇ ਲੈਨੇ ਆਪਣੇ ਪੂਰੇ ਜ਼ਿੰਦਗੀ ਦੇ ਨਾਲੇ ਮਿਹਨਤ ਕਰਨ ਤੋਂ ਬਾਅਦ ਪੈਨਸ਼ਨ ਲੱਗੀਆਂ ਹਾਂ ਬਹੁਤ ਬਹੁਤ ਨਜ਼ਾਰੇ ਕਰ ਲਿਆ ਬਹੁਤ ਚੜ੍ਹ ਗਲਿਆ ਮਿਹਨਤ ਕਰਦੇ ਰਹੇ ਆ 60 70 ਸਾਲ ਦੀ ਉਮਰ ਹੋ ਗਈ ਮਿਹਨਤ ਕਰਦੇ ਨੂੰ ਹੋ ਚੱਲੀ ਗਿਆ ਹੁਣ ਸਾਡੇ 4 ਸਾਲ ਲੱਗੇ ਆ ਜਿਹੜੇ ਹੁਣ ਸਾਡੇ ਬੱਚੇ ਜਿਹੜੇ ਸਾਨੂੰ ਐਸ਼ ਕਰਾਉਂਦੇ ਆ ਉਹਨਾਂ ਨੂੰ ਮਾਰੇ ਜ਼ਿੰਦਗੀ ਦੇ ਵੇ ਗਲਬੋਦੀ ਹੋਏ ਪੁੱਤ-ਪੋਤੀਆਂ ਸਾਰੇ ਸਾਰੇ ਆ ਕੇ ਦੇਖੋ ਖੁਸ਼ ਹੋ ਰਹੇ ਅਸੀਂ ਇਹਨਾਂ ਦੇ ਬਹੁਤ ਖੁਸ਼ ਹਾਂ ਮੈਂ ਤਲਵੰਡੀ ਭਾਈ ਤੋਂ ਰਾਮਾ ਜੀ ਹੁੱਜਾ ਬੋਲਦਾ ਉਹ ਕੇ ਥੈਂਕ ਯੂ ਸਸੀ ਗਾਲ ਜੀ ਸਸੀ ਗਾਲ ਸਸੀ ਤੁਹਾਨੂੰ ਦਾ ਖਾਸ ਕਰਕੇ ਤੁਸੀਂ ਤਾਂ ਟਿਕਟਾਕ ਤੇ ਰੌਣਕਾ ਲਾ ਕੇ ਰੱਖਦੇ ਹੋ ਜੀ ਬਾਦੂ ਥੈਂਕ ਯੂ ਥੈਂਕ ਯੂ ਬੜਾ ਸੋਹਣਾ ਲੱਗਦਾ ਕਹਿੰਦੇ ਨੇ ਕੰਮ ਤੋਂ ਥੱਕੇ ਟੁੱਟੇ ਜਦੋਂ ਤੁਹਾਡੀ ਵੀਡੀਓ ਦੇਖ ਲਿਆ ਖੁਸ਼ ਹੋ ਜਾਈਂਦੇ ਬੜੇ ਖੁਸ਼ ਕਰਦੇ ਇਹ ਮੈਂ ਖੁਸ਼ ਰਹਿਣਾ ਚਾਹੀਦਾ ਸਾਨੂੰ ਜੀ 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 ਸਟੂਡੈਂਟ ਆਪਣੇ ਇੰਟਰਨੈਸ਼ਨਲ ਸਟੂਡੈਂਟ ਜੂਨੀਅਰ ਦੇ ਨਮਾਇਦੇ ਮੁੰਡਿਆਂ ਤੇ ਹਰ ਇੱਕ ਸਾਲ ਇਹ ਕਰੋਨਾ ਚਾਹੀਦਾ 8 ਸਾਲ ਦੇਵਾਂਗੇ ਅਸੀਂ ਪੂਰਾ ਅਸੀਂ ਤੇ ਇਹ ਜਿੰਨੇ ਵੀ ਸਾਡੇ ਦੇਖੋ ਬਜ਼ੁਰਗ ਜਿੰਨੇ ਵਹਿਲੇ ਸੀਗੇ ਸਾਰੇ ਆ ਕੇ ਬੜਾ ਆਨੰਦ ਲਿਆ ਵਾ ਬਹੁਤ ਖੁਸ਼ ਰਹੇ ਹਾਂ ਜਿਹੜਾ 8-10 ਘੰਟੇ ਬਹੁਤ ਵਧੀਆ ਨਿਕਲਿਆ ਜੀ ਜੀ ਤੇ ਇਸ ਤਰ੍ਹਾਂ ਸਾਰਿਆਂ ਵਾਸਤੇ ਰੌਣਕ ਆਪ ਨੂੰ ਐ ਲੱਗੀ ਹੋਣੀ ਚਾਹੀਦੀ ਆ ਤੇ ਇਸ ਤਰ੍ਹਾਂ ਫੰਕਸ਼ਨ ਹੋਣੇ ਚਾਹੀਦੇ ਆ ਸਾਡੇ ਪੰਜਾਬੀਆਂ ਨੂੰ ਇਕੱਠਾ ਹੋਣਾ ਚਾਹੀਦਾ ਹਵੇ ਦੁੱਖ ਸੁੱਖ ਵੀ ਫੁੱਲਣੇ ਚਾਹੀਦੇ ਆ ਤੇ ਖੁਸ਼ ਰਹਿਣਾ ਚਾਹੀਦਾ ਨਾਲੇ ਆਪਾਂ ਆ ਵੀ ਜੇ ਆਪਾਂ ਪੰਜਾਬ ਦੇ ਵਿੱਚ ਹੁੰਦੇ ਨਾ ਤਾਂ ਆਪਾਂ ਆਪਣੇ ਪਿੰਡ ਕਾਨੂੰਨੀਕ ਆਪਣੀ ਜਾ ਆਪਣੀ ਜਾਣ ਪਛਾਣ ਹੁੰਦੀ ਪਰ ਇੱਥੇ ਆ ਕੇ ਆਪਾਂ ਨੂੰ ਉਹ ਭਰਾ ਮਿਲ ਗਏ ਸਾਰੇ ਜਿਹੜੇ ਕੋਈ ਜਲੰਧਰ ਤੋਂ ਆ ਕੋਈ ਬਠਿੰਡੇ ਤੋਂ ਕੋਈ ਮੋਗੇ ਦੇ ਬੜੀ ਵਧੀਆ ਸਗਲ ਬਾਹਰ ਵੀ ਜਿਹੜੇ ਪੰਜਾਬੀ ਬੈਠੇ ਉਹ ਵੀ ਸਾਰੇ ਰਿਮਲੇ ਸਾਨੂੰ ਬੜਾ ਪਿਆਰ ਕੀਤਾ ਤੇ ਇਸ ਤਰ੍ਹਾਂ ਹਰੋਂ ਕੱਲ ਗਿਆ ਜੇ ਥੋੜਾ ਜਦੋਂ ਕਈ ਵਾਰੀ ਨਾ ਪਾਕਿਸਤਾਨ ਵਾਲੇ ਪਾਸੇ ਆਪਾਂ ਜਾਂਦੇ ਹੁੰਦੇ ਸੀਗੇ ਬਾਰਡਰ ਤੇ ਦੇਖਦੇ ਹੁੰਦਰ ਪਾਕਿਸਤਾਨੀ ਭਰਾ ਖੜੇ ਹੁੰਦੇ ਸੀ ਆਪਾਂ ਨੂੰ ਦੇਖਣ ਨੂੰ ਤਰਸ ਦੇ ਹੁੰਦੇ ਪਰ ਇੱਛਾ ਕਿ ਉਹਨਾਂ ਨੂੰ ਵੀ ਮਿਲ ਲੈ ਇਕੱਠੇ ਸਾਦੇ ਇਕੱਠੇ ਬਹੁਤ ਬਹੁਤ ਖੁਸ਼ੀ ਦੀ ਗੱਲ ਆ ਇਸ ਤਰ੍ਹਾਂ ਇਕੱਠੇ ਹੋਣਾ ਚਾਹੀਦਾ ਵਾ ਤੇ ਆਪਣੇ ਆਨੰਦ ਲੈਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਨਿਰਮਲ ਸਰਪੰਚ ਲੁਧਿਆਣਾ ਤੋਂ ਜੀ ਕੀ ਬਾਤ ਆ ਸਰਪੰਚ ਸਾਹਿਬ ਜਿਹੜਾ ਅੱਜ ਦਾ ਇਹ ਮੁੰਡਿਆਂ ਨੇ ਸਾਨੂੰ ਪਿੰਡ ਦੀ ਸਾਥ ਯਾਦ ਕਰਾਤੀ ਇਹ ਯਾਦਗਾਰੀ ਮੇਲਾ ਹੋ ਨਿਭੜਿਆ ਕਿੰਨੇ ਸੋਹਣੇ ਮਾਹੌਲ ਦੇ ਵਿੱਚ ਮੁੰਡੇ ਕੁੜੀਆਂ ਅੰਜੋਏ ਕਰਦੇ ਆ ਤੇ ਸਾਡੇ ਜਿੰਨੇ ਵੀ ਸੀਪ ਦੇ ਖਿਡਾਰੀ ਆ ਉਹ ਵੀ ਆਪ ਦਾ ਟਾਈਮ ਕੱਢ ਕੇ ਇਹ ਖੁੱਲੇ ਪੰਡਾਲ ਦੇ ਥੱਲੇ ਅੰਜੋਏ ਕਰਦੇ ਆ ਅਰ ਤੁਹਾਡੀ ਟੀਮ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਇਹ ਕਵਰਿੰਗ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਕੀ ਸਾਰੇ ਪਾਰਟਿਸਪੀਟਾਂ ਦਾ ਵੀ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਸਸੀਗਲ ਜੀ ਸਸੀਗਲ ਜੀ ਕੀ ਨਾਮ ਤੁਹਾਡਾ ਅਵਤਾਰ ਸਿੰਘ ਗਰਵਾਲ ਰੇ ਵੱਲ ਸਾਹਿਬ ਕੀ ਕਹਿਣਾ ਚਾਹਾਂਗਾ ਬਸ ਮੈਂ ਲੁਧਿਆਣਾ ਜ਼ਿਲ੍ਹਾ ਮੇਰਾ ਇਹ ਲੁਧਿਆਣੇ ਦੇ ਆਸ-ਪਾਸ ਹੀ ਮੈਂ ਇਧਰਲੇ ਪਾਸੇ ਇੱਕੋ ਪਿੰਡ ਹੈ ਜਿਲਦਾਂ ਮੈਂ ਵੀ ਲੁਧਿਆਣਾ ਚੱਲੇ ਜੇ ਮੇਰਾ ਅੱਛਾ ਅੱਛਾ ਮੈਂ ਕੋਹਾੜਾ ਜੀ ਪੜੇ ਵਧੀਆ ਰੰਗਾਈ ਤੇ ਸਾਰੇ ਭੈਣ ਭਰਾ ਮੇਰੇ ਸਾਰੇ ਸੀਪਾਂ ਜੇ ਸਾਰੇ ਇੱਕ ਦੂਜੇ ਨਾਲ ਭਰਾਵਾਂ ਨਾਲੋਂ ਵੱਧ ਪਿਆਰ ਦੂਜੇ ਪਿੰਡ ਚ ਇੱਥੇ ਆ ਜਾਂਦਾ ਜਾਂ ਜਿਵੇਂ ਆਈ ਪਾਕਿਸਤਾਨ ਤੋਂ ਆਇਆ ਸਾਡੇ ਬਜ਼ੁਰਗਾਂ ਨੇ ਪਾਕਿਸਤਾਨ ਸਾਸ ਸੱਤਾ ਸੀ ਇੱਥੇ ਉਹ ਸੱਤਾ ਨੂੰ ਕੋਈ ਕੀਦਾ ਕੋਈ ਕਹਦਾ ਹੁਣ ਸਾਰੇ ਅਸੀਂ ਭਰਾ ਬਣੇ ਹੋਇਆ ਬਿਲਕੁਲ ਬਹੁਤ ਜਾਜ ਬਣੀ ਬਹੁਤ ਸੁਣੀ ਗੱਲ ਬਹੁਤ ਲੰਬੀ ਸਾਥ ਬਣ ਗਈ ਜੀ ਤੇ ਇਮਾਨਦਾਰੀ ਨਾਲ ਬੜੀ ਤਾਂ ਗੱਲ ਹੈ ਸਾਰਿਆਂ ਨੇ ਇਮਾਨਦਾਰੀ ਨਾਲ ਖੇਡੇ ਆ ਕੋਈ ਇਸ਼ਾਰਾ ਨਹੀਂ ਕੀਤਾ ਹੈ ਕੋਈ ਨਹੀਂ ਇੰਜੋਏ ਕੀਤਾ ਸਾਰਿਆਂ ਨੇ ਫੁੱਲੋਂ ਜਾਇਆ ਕੀਤਾ ਇਸੇ ਤਰ੍ਹਾਂ ਹੀ ਜੇ ਦੁਬਾਰਾ ਫੰਕਸ਼ਨ ਹੁੰਦੇ ਰਹਿੰਦੇ ਮੈਂ ਸਮਝਦਾ ਵੀ ਸਾਨੂੰ ਦੁਬਾਰਾ ਫੇਰ ਪੰਜਾਬ ਦੀ ਯਾਦ ਉਹ ਮੈਂ ਪੰਜਾਬ ਚ ਹੁੰਦੇ ਸੀ ਵੀ ਜੇ ਐ ਕਰੂੰਗਾ ਤਾਂ ਮੇਰੇ ਕੋਲ ਉਹ ਪਤਾ ਹੋ ਜੇ ਮੈਂ ਐ ਕਰੂੰਗਾ ਤਾਂ ਨਹੀਂ ਕੋਈ ਚੀਜ਼ ਨਹੀਂ ਹੈਗੀ ਬਿਲਕੁਲ ਇਮਾਨਦਾਰੀ ਨਾਲ ਤੁਸੀਂ ਆਪਣਾ ਨਾਮ ਤਾਂ ਵੀ ਬੋਲਦੇ ਵੀ ਆਪਣਾ ਨਾਮ ਤਾਂ ਇਹ ਇੱਕ ਤੁਹਾਨੂੰ ਹੋਰ ਦੱਸ ਰਹੇ ਆ ਅਸੀਂ 9 ਅਕਤੂਬਰ ਨੂੰ ਤੇ ਆਪਣੇ ਧਾਰੀਵਾਲ ਬੈਂਕਟ ਹਾਲ ਚ ਅਸੀਂ ਟੂਰਨਾਮੈਂਟ ਕਰ ਅਨਮਨ ਪਾਰਕ ਵਾਲੀ ਸਾਡੀ ਜਿਹੜੀ ਟੀਮ ਹੈਗੀ ਆ ਉਹ ਸਾਰੀ ਉੱਥੇ ਕਰਾਈ ਆ ਤੁਹਾਡੀ ਮੀਡੀਆ ਰਹੀਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਉਸ ਦਿਨ ਪਹੁੰਚ ਕੇ ਉਨਜਾਇਆ ਕਰੀਏ ਜਿੰਨੇ ਵੀ ਖਿਡਾਰੀ ਆ ਹੋਰ ਵੀ ਜਿਹੜੇ ਆ ਕੇ ਸਾਡੀ ਹੌਸਲਾ ਵਜਾਈ ਕਰਨ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਅਸੀਂ ਉੱਥੇ ਵੀ ਉੱਥੇ ਵੀ ਪਹੁੰਚਾਂਗੇ ਅਸੀਂ ਹਾਂ ਹਾਂਜੀ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਮਿਹਰਬਾਨੀ ਅਸੀਂ ਸਾਂਝਾ ਟੀਵੀ ਦਾ ਧੰਨਵਾਦ ਆ ਜਿਹੜਾ ਸਾਡੀਆਂ ਸਰਗਰਮੀਆਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਪੰਜਾਬ ਤੱਕ ਪਹੁੰਚਾਉਂਦੇ ਹੋ ਤੁਹਾਡਾ ਬਹੁ ਤਾਰੀਵਾਲ ਬੈਂਕਟ ਹਾਲ ਚ ਜੀ ਨੋ ਤਾਰੀਵਾਲ ਬੈਂਕਟ ਹਾਲ ਚ ਉਹਦੇ ਵਾਸਤੇ ਅਸੀਂ ਫਸਟ ਟੀਮ ਨੂੰ ਟਰੋਫੀਆਂ ਦੇ ਰਹੇ ਹਾਂ ਸੈਕੰਡ ਟੀਮ ਨੂੰ ਟਰੋਫੀਆਂ ਦੇ ਰਹੇ ਹਾਂ ਥਰਡ ਨੂੰ ਵੀ ਦੇ ਰਹੇ ਹਾਂ ਔਰ ਫੋਰਥ ਨੂੰ ਵੀ ਅਸੀਂ ਦੇ ਰਹੇ ਹਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੋਏਗੀ ਇਹ ਤਕਰੀਬਨ 10:30 ਤੋਂ 11 ਵਜੇ ਸਟਾਰਟ ਹੋ ਜਾਣਗੀਆਂ ਐਂਟਰੀਆਂ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਟੀਮਾਂ ਆਈ ਜਾਣਗੀਆਂ ਉਹਨਾਂ ਦੇ ਕੰਪੀਟੀਸ਼ਨ ਕਰਵਾਈ ਜਾਣਗੇ ਤੇ ਲਾਸਟ ਜਾ ਕੇ ਫਸਟ ਸੈਕੰਡ ਥਰਡ ਨੂੰ ਅਸੀਂ ਇਨਾਮ ਦੇਵਾਂਗੇ ਤੇ ਸਾਡੀ ਸਾਰਿਆਂ ਅਗੇ ਇਹੀ ਬੇਨਤੀ ਆ ਵੀ ਘਮਵਾਕੇ ਉਥੇ ਪਹੁੰਚੋ ਜਿਹੜੇ ਖਿਡਾਰੀ ਆ ਉਹ ਵੀ ਆਉਣ ਜਿਹੜੇ ਦਰਸ਼ਕ ਵੀਰ ਉਹ ਵੀ ਆਉਣ ਜੇ ਦਰਸ਼ਕ ਵੀਰ ਨਾ ਆਉਣਗੇ ਫਿਰ ਟੀਮਾਂ ਦਾ ਕੋਈ ਹਸਿਆ ਨਹੀਂ ਜਾਂਦਾ ਹੈਗਾ ਇਹ ਤੁਹਾਡੇ ਮੀਡੀਆ ਮਰਾਹੀਆ ਦੁਬਾਰਾ ਫਿਰ ਬੇਨਤੀ ਕਰਦੀਆਂ 9 ਤਰੀਕ ਨੂੰ ਧਾਰੀਵਾਲ ਬੈਂਕਟ ਹਾਲ ਚ 10 ਤੋਂ ਆਉਣ ਵਾਲੇ ਜਿਹੜੇ ਚੱਲੀ ਚੋਗੇ ਬਿਲਕੁਲ ਬਿਲਕੁਲ ਜੀ ਨਾਲ ਹੀ ਚਾਹ ਪਾਣੀ ਲੰਗਰ ਪਾਣੀ ਵੀ ਖੁੱਲਾ ਹੋਊਗਾ ਇੰਜੋਏ ਕਰਨ ਉਥੇ ਖੁੱਲਾ ਕਿਸੇ ਤੋਂ ਕੋਈ ਐਂਟਰੀ ਫੀਸ ਨਹੀਂ ਆਪ ਦਾ ਆਰਾਮ ਨਾਲ ਜਾਇਕਰਨ ਜਾਇਕਰਨ ਯਾਦ ਕਰਨ ਵੀ ਪੰਜਾਬੀ ਕਦੇ ਕਰਦੇ ਹੁੰਦੇ ਸੀਗੇ ਐਡਾ ਹੀ ਕਰਦੇ ਹਾਂ ਹਾਂਜੀ ਤੂੰ ਵੀ ਯਾਦ ਦਾ ਪਿੰਡ ਮੈਂ ਇੰਡੀਆ ਦੇ ਚੰਡੀਗੜ੍ਹ ਤੋਂ ਆਇਆ ਸਪੈਸ਼ਲ ਵਿਜ਼ਿਟਰ ਵਿਜ਼ਿਟ ਤੇ ਦੋ ਤਿੰਨ ਮਹੀਨੇ ਹੋ ਗਏ ਮੈਨੂੰ ਮੈਂ ਪਹਿਲੀ ਵਾਰ ਇਹਨਾਂ ਲੋਕਾਂ 'ਚ ਇੰਨਾ ਉਤਸ਼ਾਹ ਦੇਖਿਆ ਹੈ ਤੇ ਜਿਹੜੇ ਕੰਪੀਟੀਸ਼ਨ ਹੋਏ ਨੇ ਤੇ ਮਤਲਬ ਮੇਰੇ ਖਿਆਲ 'ਚ ਵੀ ਪੰਜਾਬ ਵਾਲਾ ਮਾਹੌਲ ਇਹਨਾਂ ਵਧੀਆ ਮਾਹੌਲ ਹੈ ਔਰੇ ਲੋਕਾਂ ਦੇ ਵਿੱਚ ਭਰਾਤਰੀ ਭਾਵ ਇੱਕ ਦੂਜੇ ਨਾਲ ਮਤਲਬ ਬਹੁਤ ਹੀ ਮਿਲਵਰਤਨ ਹੈ। ਇਹ ਚਾਰ ਕਿਸਾਂਜ ਪੂਰੀ ਆਜਾ। ਬਹੁਤ ਜਿਆਦਾ ਸਾਂਝ ਹੈ ਕਿਉਂਕਿ ਜਿਹੜਾ ਮੀਡੀਆ ਨੇ ਜਾਂ ਹੋਰ ਕਿਸੇ ਢੰਗ ਨਾਲ ਇੰਡੀਆ ਦੇ ਵਿੱਚ ਲੋਕਾਂ ਨੇ ਠਾਰ ਰੱਖਿਆ ਵੀ ਉੱਥੇ ਕੀ ਹੋਊਗਾ ਕੀ ਨਹੀਂ ਹੋਊਗਾ। ਤੇ ਮੈਂ ਤੁਹਾਨੂੰ ਮੈਂ ਇਹ ਗੱਲ ਕਹਿ ਸਕਦਾ ਹਾਂ ਵੀ ਉਰੇ ਵਰਗਾ ਜਿਹੜਾ ਭਾਈਚਾਰਕ ਸਾਂਝ ਹੈ ਕਿਤੇ ਵੀ ਨਹੀਂ ਹੈਗੀ। ਦੂਜੀ ਰਹੀ ਗੱਲ ਜਿਹੜਾ ਤਾਂਛ ਦਾ ਕੰਪੀਟੀਸ਼ਨ ਹੈ। ਮੈਂ ਪਹਿਲੀ ਵਾਰ ਦੇਖਿਆ ਹੈ ਵੀ ਉਰੇ ਤਾਂਛ ਦਾ ਕੰਪੀਟੀਸ਼ਨ ਲੋਕ ਬਿਨਾਂ ਮਾਨਸਿਕ ਤਣਾਅ ਤੋਂ ਤਾਂਛ ਖੇਡਦੇ ਨੇ ਔਰ ਬੜਾ ਇੰਜੋਏ ਕਰਦੇ ਨੇ। ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਦਾ ਰਿਲੇਸ਼ਨ ਹੈ ਮੈਂ ਮਤਲਬ ਦੱਸ ਨਹੀਂ ਸਕਦਾ ਵੀ ਕਿਸ ਤਰ੍ਹਾਂ ਦੀ ਮੈਨੂੰ ਰੀ ਖੁਸ਼ੀ ਇੱਕ ਉਹ ਚੀਜ਼ ਦੱਸ ਦਿਓ ਵੀ ਬਾਵਾਚਾਰ ਟੀਵੀਾਂ ਤੇ ਰੇਡੀਓਾਂ ਤੇ ਨਿਊਜ਼ ਪੇਪਰਾਂ 'ਚ ਇਹ ਗੱਲ ਬੜੀ ਚੱਲਦੀ ਆ ਜੀ ਲੜਾਈ ਹੋ ਪਈ ਜੀ ਉੱਥੇ ਤਾਂ ਜੀ ਉੱਥੇ ਤਾਂ ਮਾਰ ਦੇਣਗੇ ਜੀ ਉੱਥੇ ਤਾਂ ਇਹ ਚੀਜ਼ ਦੱਸ ਦਿਓ ਕਲੀਅਰ ਕਰ ਦਿਓ ਤੇ ਮੈਂ ਇਹ ਬਿਲਕੁਲ ਕਲੀਅਰ ਕਰਨਾ ਚਾਹਣਾ ਉਸ ਤੋਂ ਬਾਅਦ ਜਿਹੜਾ ਮੀਡੀਆ ਵਾਲੀ ਸੋਸ਼ਲ ਮੀਡੀਆ ਤੇ ਜਿਹੜਾ ਗੱਲਾਂ ਠਾਈਆਂ ਹੋਈਆਂ ਨੇ ਵੀ ਇੱਥੇ ਬੱਚਿਆਂ ਦਾ ਬੁਰਾ ਹਾਲ ਹੈ ਉਹ 100% ਗਲਤ ਹੈ ਇੱਥੇ ਮਤਲਬ ਕੋਈ ਇੱਥੇ ਹਿੰਦੂ ਸਿੱਖ ਦਾ ਸਵਾਲ ਹੈ ਇੱਥੇ ਕੋਈ ਕਿਸੇ ਚੀਜ਼ ਦਾ ਹੋਰ ਧਰਮਾਂ ਦਾ ਮਤਲਬ ਫਰਕ ਹੈ ਇਹ ਬਿਲਕੁਲ ਚੈਲੰਜ ਨਾਲ ਹੈ ਕਿ ਮੈਂ ਇਹ ਜਿਹੜੀ ਭਾਵਨਾ ਹੈ ਇਹ ਬਿਲਕੁਲ ਕਿਤੇ ਦਿਖਾਈ ਨਹੀਂ ਦਿੱਤੀ ਨਾ ਇਹ ਲੋਕਾਂ ਜਿਹੜੇ ਹੈਗੀ ਹੈ ਸਿਰਫ ਇੱਕੋ ਹੀ ਕੰਮ ਹੈ ਵੀ ਮਤਲਬ ਇੱਕ ਦੂਜੇ ਨਾਲ ਭਰਾਤਰੀ ਭਾਵਨਾ ਰਹਿਣਾ ਔਰ ਉਹਦਾ ਡਿਸਪਲਨ ਉਰੇ ਦਾ ਵਾਤਾਵਰਨ ਉਰੇ ਦੀ ਹਵਾ ਉਰੇ ਦਾ ਪਾਣੀ ਮੇਰੇ ਖੇਰੇ ਵੀ ਵਰਲਡ ਦੇ ਕਿਸੇ ਵੀ ਕੰਟਰੀ ਚ ਨਹੀਂ ਮਿਲਦਾ ਸੋ ਨਾਲੇ ਆਪਾਂ ਤਾਂ ਜੀ ਉਹ ਕੰਮ ਹੈਗੇ ਆ ਵੀ ਜਿਹੜੀ ਨਾ ਆ ਗਿਆ ਜੀ ਆ ਗਿਆ ਆਪਾਂ ਤਾਂ ਉਹ ਕੰਮ ਹੈਗੇ ਆ ਵੀ ਜਿਹੜੀ ਨਾ ਆਪਾਂ ਕਮਾਂਡ ਦੇ ਵਿੱਚ ਆਪਾਂ ਨੂੰ ਇਹ ਨਹੀਂ ਸੁਣਦਾ ਵੀ ਇਹ ਭਾਈ ਤੂੰ ਕਿਹੜੀ ਕੌਮ ਦੇ ਵਿੱਚੋਂ ਆ ਇਧਰੋਂ ਦਾਲ ਦੀ ਗੋਲੀ ਧਰੀ ਉਧਰੋਂ ਦਾਲ ਸਬਜ਼ੀ ਵਾਲੀ ਗੋਲੀ ਫੜ ਲਈ ਆਪਾਂ ਉਹ ਕੰਮ ਦੇ ਵਿੱਚੋਂ ਤੇ ਆ ਜ਼ਿਆਦਾਤਰ ਜਿਹੜੀਆਂ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਨੇ ਉੱਥੇ ਤਾਂ ਜੀ ਲੜਾਈ ਹੋਪੀ ਉੱਥੇ ਤਾਂ ਆ ਭਾਈ ਉਹ ਭਾਈ ਚਾਰੇ ਨਾਲ ਲੜ ਪਿਆ ਜੀ ਇਹ ਚੀਜ਼ਾਂ ਕਲੀਅਰ ਹੋਣੀਆਂ ਚਾਹੀਦੀ ਕੋਈ ਲੜਾਈ ਨਹੀਂ ਕਿ ਤੇ ਮੈਂ ਜਿਹੜਾ ਨਾ ਮੀਡੀਆ ਸਾਡਾ ਕੁਝ ਮੀਡੀਆ ਹਿੱਸਾ ਜੀ ਤੁਸੀਂ ਨਹੀਂਗੇ ਕੁਝ ਮੀਡੀਆ ਦਾ ਹਿੱਸਾ ਵਾਜ ਕੇ ਜਾਣ ਕੇ ਫਲਾ ਕੇ ਆਪਣੀ ਵਾਵਾ ਖਟਣੀ ਚਾਹੁੰਦਾ ਵਾ ਪਰ ਇਹ ਜੀ ਕੋਈ ਗੱਲ ਨਹੀਂ ਇਹ ਹਿੰਦੂ ਵੀਰਿਆ ਇਹ ਸਾਡੇ ਨਾਲ ਰੋਜ਼ ਖੇਡਦੇ ਆ ਰੋਜ਼ ਇਹ ਨਾ ਕੋਈ ਅਸੀ ਗੱਲ ਨਹੀਂ ਸਟੂਡੈਂਟਾਂ ਦੇ ਨਾਲ ਸਾਰੇ ਹਿੰਦੂ ਵਿੱਚ ਕੋਈ ਫਰਕ ਨਹੀਂ ਛੱਡਾ ਹੈਗਾ ਬਸ ਕੁਝ ਲੋਕਾਂ ਨੇ ਇਹ ਫਰਕ ਪਾਇਆ ਵਾ ਨਾ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਉਹ ਰੇ ਵੀ ਜਿਹੜੀ ਸਿਕਿਉਰਿਟੀ ਹੈ ਬੱਚਿਆਂ ਦੀ ਸਿਕਿਉਰਿਟੀ ਹੈ ਲੜਕੀਆਂ ਦੀ ਸਿਕਿਉਰਿਟੀ ਹੈ ਮੇਰੇ ਖਾਲੇ ਵੀ ਕਿਤੇ ਨਹੀਂ ਮਿਲਦੀ ਕੋਈ ਲੜਕੀ 2 ਵਜੇ ਆ ਜੇ 12 ਵਜੇ ਆ ਜੇ 1 ਵਜੇ ਆ ਜੇ ਮਤਲਬ ਇਹ ਹੈ ਜਾਕੀ ਮੈਂ ਦੇਖਿਆ ਨਹੀਂ ਹੈਗਾ ਦੂਸਰੀ ਜਿਹੜੀ ਗੱਲ ਵੀ ਆਪਾਂ ਆਮ ਜਿਹੇ ਸੋਸ਼ਲ ਮੀਡੀਆ ਦੀ ਰਹੀ ਗੱਲ ਮੈਨੂੰ ਬਹੁਤ ਟੈਲੀਫੋਨ ਆਉਂਦੇ ਨੇ ਵੀ ਸਿੰਗਲ ਜੀ ਕੀ ਗੱਲ ਹੋ ਗਈ ਉਹ ਰੇ ਇੱਥੇ ਆ ਰੌਲਾ ਪੈਂਦਾ ਜੀ ਇੱਥੇ ਆ ਮਹਤਸ ਸੁਣੇ ਨਹੀਂ ਕਦੀ ਗੱਲ ਪੂਰੀ ਇਹ ਤਾਂ ਇੱਕ ਕੌਲੀ ਖਾਣੇ ਆ ਕੌਲੀ ਖਾਣੇ ਆ ਅਸੀਂ ਮੈਂ ਗੁਰਦੁਆਰੇ ਮੇਰੇ ਖਾਲੇ ਵੀ ਮੇ ਉਥੇ ਮੈਨੂੰ ਕੋਈ ਸੀ ਭਾਵਨੇ ਨਜ਼ਰ ਆਈ ਵੀ ਇੱਥੇ ਕਿਸੇ ਦੇ ਲੋਕਾਂ ਦੇ ਆ ਕੁਝ ਕਹਿੰਦੇ ਆ ਜੇ ਇੱਕ ਗਲਾਸੀ ਚ ਪੀਨੇ ਆ ਆ ਗੱਲ ਕਹਿਣ ਕਰਾ ਦੀ ਇੱਕ ਕੋਲੀ ਚ ਖਾਨਾ ਤੇ ਇੱਕ ਗਲਾਸੀ ਚ ਪੀਨੇ ਆ ਆ ਕੋਈ ਇਹੋ ਜਿਹੀ ਨਿਆਰੀ ਵਾਰੀ ਕੋਈ ਹੈਨੀ ਫ੍ਰਿਕਸ਼ਨ ਵਾਲੀ ਕੋਈ ਗੱਲ ਨਹੀਂ ਆ ਗਈ ਸੁਪਰੀਂਜ ਅਸੀਂ ਤਾਂ ਇੰਡੀਆ ਵਾਲਿਆਂ ਨੂੰ ਕਹਿੰਦੇ ਸੁਪਰੀਂਜ ਨਾ ਸੋਚੋ ਵੀ ਸਾਡੇ ਚ ਕੋਈ ਫ੍ਰਿਕਸ਼ਨ ਹੈਗੀ ਆ ਅਸੀਂ ਤਾਂ ਵਧੀਆ ਕਿਰਿਆ ਦੇ ਵਿੱਚ ਸਾਡੇ ਨਾ ਆਪਣੇ ਪੰਜਾਬੀ ਭਰਾਵਾਂ ਨੂੰ ਪੰਜਾਬ ਵਾਲਿਆਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਗਈ ਕੋਈ ਇਹ ਹਾਲਾਤ ਮਾੜੇ ਮੋਟੇ মিডিਏ ਨੇ ਪੈਦਾ ਕੀਤੇ ਆ ਆ ਭਾਈ ਖਤਮ ਹੋ ਜਾਣੇ ਆ ਕੋਈ ਘਬਰਾਉਣਾ ਨਹੀਂਗਾ ਉਸ ਤਰ੍ਹਾਂ ਦਾ ਹੀ ਲੋਕਾਂ ਨੇ ਆਉਣਾ ਜਾਣਾ ਇਸ ਤਰ੍ਹਾਂ ਡਰਨ ਦੀ ਕੋਈ ਲੋੜ ਨਹੀਂ ਗਈ ਹਕਰੀ ਮੇਲ ਨੂੰ ਅੱਗੇ ਵੀ ਰੋਕਿਆ ਜਾਂਦਾ ਸੀਗਾ ਕਰੀ ਮੇਲ ਨੂੰ ਹੁਣ ਵੀ ਰੋਕਿਆ ਜਾਣਾ ਇਹ ਸੀ ਗੱਲ ਉਹ ਲੋਕ ਤਾਂ ਇੱਕ ਸਾਈਡ ਤੇ ਆ ਜੀ 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 ਬਾਕੀ ਸਾਰਿਆਂ ਨੂੰ ਬਹੁਤ ਪਿਆਰ ਮੁਹੱਬਤ ਆ ਕੋਈ ਘਬਰਾਉਣ ਵਾਲੀ ਗੱਲ ਹੀ ਪੰਜਾਬ ਵਾਸੀ ਨੇ ਅਸੀਂ ਸੁਣਦੇ ਆ ਦੇਣਾ ਚਾਹੁੰਦੇ ਆ ਵੀ ਕੋਈ ਘਬਰਾਓ ਨਾ ਸਭ ਠੀਕ ਹੋ ਜਾਣਾ ਹੁਣ ਟਾਈਮ ਬਾਈ ਰਜੇ ਜੀ ਦਾ ਖਾਲਸਾ ਬਾਈ ਰਜੇ ਜੀ ਫਤਿਹ ਜੀ ਆਪਾਂ ਹੁਣ ਇਧਰਲੇ ਪਾਸੇ ਸ੍ਰੀ ਗੁਰਜੀ ਜੀ ਹਾਲ ਚਾਲ ਹੈ ਜੀ ਠੀਕ ਹੈ ਕੀ ਨਾ ਕੀ ਤੁਹਾਡਾ ਤੇਰਾ ਨਾਮ ਕੁਲਦੀਪ ਸਿੰਘ ਪੁਜੇਸ਼ਾ ਅੱਜ ਇਹ ਟੂਰਨਾਮੈਂਟ ਹੋਇਆ ਜੀ ਕੀ ਕਹਿਣਾ ਚਾਹੋਗੇ ਟੂਰਨਾਮੈਂਟ ਬਾਰੇ ਬਹੁਤ ਸੋਹਣਾ ਟੂਰਨਾਮੈਂਟ ਬਹੁਤ ਵਧੀਆ ਬਹੁਤ ਵਧੀਆ ਪ੍ਰਬੰਧ ਆ ਤੁਹਾਡੀ ਕਵਰੇਜ ਵੀ ਬਹੁਤ ਵਧੀਆ ਚੱਲਦੀ ਆ। ਪਰ ਸਾਡੀ ਰਿਕਵੈਸਟ ਆ ਵੀ 9 ਤਰੀਕ ਨੂੰ ਫੇਰ ਹੋਇਆ ਤੁਹਾਡੇ ਕੋਲ। ਜੀ ਜੀ ਜਰੂਰ ਪਹੁੰਚਣਾ। 9 ਤਰੀਕ ਨੂੰ ਢਾਲੀਵਾਲ ਬੈਂਕਟ ਹਾਲ ਚ। ਪਰਿਵਾਰਾਂ ਨੂੰ ਇੱਕ ਵਾਰੀ ਦੱਸ ਦੇ ਵੀ 9 ਤਰੀਕ ਨੂੰ ਢਾਲੀਵਾਲ ਬੈਂਕਟ ਹਾਲ ਦੇ ਵਿੱਚ ਜਿੰਨੇ ਵੀ ਪਰਿਵਾਰ ਸੌਣਦੇ ਆ ਜੀ ਜਰੂਰ ਪਹੁੰਚਿਓ ਉੱਥੇ ਵਧੀਆ ਇੱਕ ਕਹਿੰਦੇ ਨੇ ਕਿ ਕਿਹੜੀ ਕਿਹੜੀਆਂ ਗੇਮਾਂ ਉੱਥੇ ਕੀ ਕਰਨੇ ਤਾਂ ਸੀਵ ਦੇ ਮੁਕਾਬਲੇ ਹੋਣਗੇ। ਇਹ ਤੁ ਵੀ ਬਹੁਤ ਇੰਜੋਏ ਮਿਲੂਗੀ। ਸਾਰਾ ਖਾਣ ਪੀਣ ਦਾ ਪ੍ਰਬੰਧ ਬਹੁਤ ਅੱਛਾ ਹੋਊਗਾ। ਤੁਸੀਂ ਕਵਰੇਜ ਕਰਨੀ ਸਾਰੇ ਲੋਕਾਂ ਨੂੰ ਸੱਦਾ ਦਿਓ ਤਾਂ ਕਿ ਸਾਡਾ ਸਾਥ ਦੇਣ ਸਾਰੇ ਆਣ ਕੇ ਨਾਲੇ ਰੌਣਕ ਨੂੰ ਵਧਾਉਣ ਤਾਂ ਕਿ ਸਾਡਾ ਜਿਹੜਾ ਖੇਡ ਤਾਸ਼ ਦਾ ਖੇਡ ਮੇਲਾ ਬੜੀਆ ਹੋਣ ਬਿਲਕੁਲ ਹਾਂ ਜੀ ਸੋ ਪ੍ਰਮਾਤਮਾ ਕੀ ਦੁਆ ਕਰਦੇ ਵੀ ਤੁਸੀਂ ਇਦਾਂ ਹੀ ਹੱਸਦੇ ਬੱਸਦੇ ਰਹੋ ਤੇ ਚੜ੍ਹਦੀ ਕਲਾ ਚ ਰਹੋ ਸਰ ਉਹ ਅਸੀਂ ਬਹੁਤ ਖੁਸ਼ ਆ ਆ ਖੇਡ ਮੇਲਾ ਦੇਖ ਕੇ ਯਾਨੀ ਸਾਰੇ ਲੋਕ ਕਿੰਨੇ ਆ ਇੱਕ ਖੁਸ਼ੀ ਐਨਜੋਏ ਕਰਦੇ ਆ ਥੈਨ ਬਹੁਤ ਵਧੀਆ ਬਾਹਰ ਬੈਠ ਕੇ ਸਾਰੇ ਦੇਖੋ ਕਿਦਾਂ ਕੋਲ ਬੈਠ ਕੇ ਆਪਣਾ ਆਨੰਦ ਮਾਣਦੇ ਆ ਆਪਣੇ ਜਿਹੜੇ ਬਜ਼ੁਰਗ ਆ 70 80 ਸਾਲ ਦੇ ਤਾਸ਼ ਖੇਡ ਕੇ ਆਪਣੇ ਦਿਮਾਗ ਨੂੰ ਤਾਜ਼ਾ ਕਰਦੇ ਆ ਉਹਨਾਂ ਦਾ ਬ੍ਰੇਨ ਵਧੀਆ ਚੱਲਦਾ ਚੱਲਦਾ ਇਹ ਤਾਸ਼ ਦਾ ਜਿਹੜਾ ਖੇਡਿਆ ਇਹ ਬ੍ਰੇਨ ਨੂੰ ਬਹੁਤ ਤਾਜ਼ਾ ਕਰਦੀ ਆ ਇਸ ਕਰਕੇ ਜਿੰਨੇ ਸਿਆਣੇ ਲੋਕ ਆ ਉਹ ਜ਼ਿਆਦਾ ਇਹਨੂੰ ਲਾਈਕ ਕਰਦੇ ਆ ਦੇਖੇ ਸੀ ਵੀ ਚਾਈ ਤੇ ਤੁਸੀਂ ਕੀ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਜੀ ਪਰਵਾਰਾਂ ਨੂੰ ਉਹ ਸਭ ਤੁਹਾਡਾ ਧੰਨਵਾਦ ਧੰਨਵਾਦ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਸੋਹਣੀ ਬਹੁਤ ਲੱਗਦੇ ਹੋ ਮਾਈਸੈਲਫ ਐਡਵੋਕੇਟ ਐਟ ਫਗਵਾੜਾ ਕੀ ਬਾਤ ਹੈ ਫਗਵਾੜਾ ਹਾਂ ਜੀ ਇਹ ਮੈਂ ਇੱਥੇ ਹਰ ਸਾਲ ਆਉਣਾ ਗਰਮੀਆਂ ਨੂੰ ਆਪਣੇ ਬੱਚਿਆਂ ਦੇ ਕੋਲ ਔਰ 6 ਮਹੀਨੇ ਇੱਥੇ ਰਹਿਣਾ 6 ਮਹੀਨੇ ਇੰਡੀਆ ਰਹਿਣਾ ਮੈਨੂੰ ਇੱਥੇ ਦਾ ਮਾਹੌਲ ਤੇ ਇੰਡੀਆ ਦਾ ਮਾਹੌਲ ਬਹੁਤ ਵਧੀਆ ਲੱਗਦਾ ਇੱਥੇ ਅਸੀਂ ਭੰਗੜੇ ਸ਼ੰਗੜੇ ਸ਼ੇਰੋ ਸ਼ੈਰੀ ਕਰਦੇ ਆ ਇੰਨਾ ਮਨ ਖੁਸ਼ ਹੁੰਦਾ ਵੀ ਗਰਮੀਆਂ ਇੱਥੇ ਇੰਜੋਏ ਕਰੀਦਾ ਪੂਰਾ ਤੇ ਸਿਆਲ ਇੰਡੀਆ ਜਾ ਕੇ ਇੰਜੋਏ ਕਰੀਦਾ ਜਾ ਕੇ ਵਕਾਲਤ ਵੀ ਕਰੀਦੀ ਅਮੜਕੇ ਫੇਆਜੀ ਦਾ ਆਪਣੇ ਪੋਤਿਆਂ ਨੂੰ ਖੜਾ ਲਈਦਾ ਉਹਨੂੰ ਸਕੂਲ ਛੱਡਿਆ ਜੀ ਦਾ ਲੈ ਆਈਦਾ ਇੱਥੇ ਮੇਰੇ ਮਿੱਤਰ ਸੱਜਣਾ ਖੜੇ ਆ ਅਸੀਂ ਤਾਸ਼ ਖੇਡਦੇ ਆ ਫੇਰ ਪਾਰਕ ਵਿੱਚ ਅਨਬਨ ਵਿੱਚ ਜਾ ਕੇ ਉੱਥੇ ਅਸੀਂ ਇੰਨਾ ਕ ਇੰਜੋਏ ਕਰਦੇ ਆ ਵੀ ਇੰਨਾ ਕਦੀ ਇੰਡੀਆ ਵਿੱਚ ਵੀ ਅਸੀਂ ਇੰਜੋਏ ਨਹੀਂ ਕੀਤਾ ਇੱਥੇ ਖਾਕੀ ਕੋਟ ਤੇ ਉੱਥੇ ਕਾਲਾ ਕੋਟ ਇੱਥੇ ਜਿਹੜਾ ਕੋਟ ਦੀ ਗੱਲ ਹੁੰਦੀ ਹੈ ਇੱਥੇ ਜਿਹੜੀ ਸਾਡੇ ਅੰਦਰ ਦੀ ਭਾਵਨਾ ਉਹ ਵਧੀਆ ਹੋਣੀ ਚਾਹੀਦੀ ਹੈ ਤੇ ਆਹ ਜ਼ਰੂਰ ਦੱਸਿਓ ਜੀ ਭਾਰਤੀ ਕਿਸਾਨ ਜੀ ਇਹ ਭਾਰਤੀ ਕਿਸਾਨ ਯੂਨੀਅਨ ਦਾ ਮੈਂ ਮੈਂਬਰ ਆ ਜੀ ਦੁਆਬਾ ਦਾ ਜੀ ਤੇ ਅਸੀਂ ਮੋਰਚੇ ਵਿੱਚ ਵੀ ਦਿੱਲੀ ਬਹੁਤ ਹੀ ਯੋਗਦਾਨ ਪਾਇਆ ਇਹ ਸਾਡੇ ਕਾਰਡ ਵੀ ਬਣੇ ਹੋਏ ਆ ਮੈਂ ਤੁਹਾਨੂੰ ਕਾਰਡ ਵੀ ਆਪਣਾ ਦਿਖਾਣਾ ਬਈ ਮੈਂ ਇਹ ਜਿਹੜਾ ਸਾਡੇ ਕਾਰਡ ਬਣੇ ਆ ਇਹ ਸਾਡੇ ਵੀਆਈਪੀ ਬੰਦਿਆਂ ਦੇ ਆ ਇਹ ਕਾਰਡ ਦੇ ਨਾਲ ਸਾਨੂੰ ਇਦਾਂ ਵੀ ਅਸੀਂ ਜਿਹੜੇ ਮਰਜੀ ਟੋਲ ਪਲਾਜ਼ਾ ਤੇ ਚਲ ਜਾਈਏ ਸਾਨੂੰ ਕੋਈ ਟੋਲ ਪਲਾਜ਼ਾ ਨਹੀਂ ਲੱਗੂਗਾ ਕੀ ਬਾਤ ਹੈ ਇਹ ਸਾਡੇ ਆ ਦੇਖੋ ਸਾਡਾ ਕਾਰਡ ਇੱਥੇ ਮੇਰਾ ਨਾਮ ਮੇਰਾ ਡੇਟ ਆਫ ਮੇਰੀ ਆਈਡੀ ਪੂਰੀ ਆ ਜੀ 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 ਇਸ ਲਈ ਇੱਥੇ ਦਾ ਮਾਹੌਲ ਜੋ ਸਾਡੇ ਸਾਡੇ ਸਿਆਸੀ ਬੰਦੇ ਜਾਂ ਸਾਡੇ ਧਰਮ ਦੇ ਠੇਕੇਦਾਰ ਜਿਹੜੇ ਉਹ ਸਾੜਾ ਬੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਆ ਜਦਕਿ ਸਾਡੇ ਭਾਈਚਾਰੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਇੱਥੇ ਜੀ ਜੀ ਅਸੀਂ ਇੱਥੇ ਇੰਡੀਆ ਵਿੱਚ ਵੀ ਜਾਂ ਇੱਥੇ ਕੈਨੇਡਾ ਵਿੱਚ ਵੀ ਜਾਂ ਸਾਡੇ ਮੈਂ ਇੰਗਲੈਂਡ ਵੀ ਸਤ ਬਰੀ ਗਿਆ ਉੱਥੇ ਵੀ ਮੇਰੀਆਂ ਰਿਸ਼ਤੇਦਾਰੀਆਂ ਮੇਰੇ ਚਾਚੇ ਤਾਏ ਮੇਰੇ ਮਾਮੇ ਉੱਥੇ ਆ ਪਰ ਸਾਨੂੰ ਬਹੁਤ ਹੀ ਵਧੀਆ ਲੱਗਾ ਇੱਥੇ ਭਾਈਚਾਰਾ ਇੰਨਾ ਨਜ਼ਦੀਕੀ ਹੋ ਗਿਆ ਸੀ ਜੁੜਦੇ ਆ ਇੰਨੇ ਤਾਂ ਉੱਥੇ ਵੀ ਨਹੀਂ ਜੁੜਦੇ ਇੱਥੇ ਅਸੀਂ ਪਾਰਕ ਵਿੱਚ 5-6 ਘੰਟੇ ਰਹਿਨੇ ਆ ਆ ਸਾਡੇ ਮੇਰੇ ਤੋਂ ਬੜੇ ਵੀਰੇ ਵੀਰ ਆ 82 82 90 90 ਸਾਲ ਦੇ ਆ ਇੰਨਾ ਫਰੈਸ਼ ਮਾਈਂਡ ਆ ਇੰਨੀ ਵਧੀਆ ਹਵਾ ਇੰਨਾ ਵਾਤਾਵਰਨ ਵਧੀਆ ਇੱਥੇ ਦਾ ਕੋਈ ਮੁਕਾਬਲਾ ਨਹੀਂ ਹਰ ਬੰਦਾ ਸੇਫ ਆ ਜੀ ਬਾਕੀ ਜਿਹੜਾ ਕੁਝ ਘਟਨਾਵਾਂ ਹੋਈਆਂ ਨਜਰ ਸਾਹ ਵਾਲੀ ਹੋਈ ਆ ਇਹ ਬਹੁਤ ਹੀ ਮਾੜੀ ਗੱਲ ਹੋਈ ਆ ਜਿਸ ਵੀ ਏਜੰਸੀ ਨੇ ਕਰਾਇਆ ਕੰਮ ਇਹ ਬਹੁਤ ਹੀ ਮੰਦ ਭੱਗਾ ਆ ਖਾਲਿਸਤਾਨ ਦੀ ਗੱਲ ਕਰਦੇ ਆ ਖਾਲਿਸਤਾਨ ਦੀ ਗੱਲ ਨਾ ਇੰਡੀਆ ਚ ਹੁੰਦੀ ਆ ਜਨਾ ਇੱਥੇ ਆ ਇਹਦਾ ਕੁਛ ਅਨਸਰ ਆਪਣਾ ਸਿਆਸੀ ਲਾਭ ਲੈਣ ਲਈ ਇਹ ਕੁਛ ਕਰਦੇ ਆ ਬਿਲਕੁਲ ਬਾਕੀ ਮੈਂ ਤੁਹਾਡੇ ਸਾਹਮਣੇ ਮੀਡੀਆ ਦਾ ਬਹੁਤ ਤਲਬਾਦੀ ਆ ਜਿਹਨੇ ਸਾਨੂੰ ਸਮਝ ਦਿੱਤਾ ਤੇ ਜੋ ਕੁਛ ਵੀ ਸਾਡੇ ਦਿਲ ਤੇ ਅਸੀਂ ਦਿਲ ਦੀਆਂ ਭਾਵਨਾਵਾਂ ਤੁਹਾਡੇ ਨਾਲ ਬਿਲਕੁਲ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਜੀ ਥੈਂਕ ਯੂ ਜੀ ਥੈਂਕ ਯੂ ਹਾਂ ਬਿਲਕੁਲ ਜੀ ਅੱਜ ਅਸੀਂ ਪਹੁੰਚੇ ਸੀਗੇ 70 ਤੇ ਤੇ 128 ਤੇ ਇੱਥੇ ਪਿੰਡੂ ਖੇਡ ਮੇਲਾ ਹੋ ਰਿਹਾ ਜੀ ਤੀਜਾ ਪਿੰਡੂ ਖੇਡ ਮੇਲਾ ਹੋ ਰਿਹਾ ਪ੍ਰਬੰਧਕ ਆਪਣੇ ਨਾਲ ਨੇ ਬਾਈ ਹੁਣ ਨਾਲ ਗੱਲਬਾਤ ਕਰਾਂਗੇ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਨੇ ਤੁਹਾ ਮੈਨੂੰ ਧੰਨਵਾਦ ਆ ਤੁਹਾਡਾ ਭਾਈ ਆ ਮੈਂ ਨਾ ਉੱਥੇ ਬਾਪੂ ਨਾਲ ਗੱਲਬਾਤ ਕਰਕੇ ਆਇਆ ਉਹ ਵਿਚਾਰੇ ਮਾਨ ਦੀ ਪੜਾਅ ਸੇ ਨਹੀਂ ਕੱਢ ਰਹੇ ਸੀ ਮੇਰੇ ਤੋਂ ਮਾਇਕ ਨਹੀਂ ਪਰੇ ਕਰ ਹੋਇਆ ਮੈਨੂੰ ਲੱਗਾ ਵੀ 10-12 ਬਾਪੂ ਮੇਰੇ ਕੋਲੇ ਆ ਗਏ ਤੇ ਭਾਈ ਬੜਾ ਧੰਨਵਾਦ ਕਰਦੇ ਨੇ ਬਾਪੂ ਤੁਹਾਡਾ ਕਹਿੰਦੇ ਵੀ ਸਾਨੂੰ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਉਹਨਾਂ ਨੇ ਸਗੋਂ ਕਈ ਦਾ ਸਪੈਸ਼ਲ ਐਪਟ ਸਪੋਰਟ ਤੋਂ ਆਏ ਨੇ ਬੜੇ ਖੁਸ਼ ਹੋਏ ਸਭ ਅਗਲੀ ਵਾਰ ਕਹਿੰਦੇ ਆਪਾਂ ਮਿਲ ਜੁਲ ਕੇ ਇਦੂ ਵੀ ਵੱਡਾ ਕਰਾਂਗੇ ਸੋ ਇਦੀਆਂ ਰਲ ਮਿਲ ਕੇ ਇਧਰਲੀ ਕਮਿਊਨਿਟੀ ਨਾਲ ਜਿੰਨਾ ਅਸੀਂ ਇਨਵੋਲਵ ਹੋ ਸਕਦੇ ਆ ਆਪਦੇ ਵੱਲੋਂ ਫੁੱਲ ਟਰਾਈ ਕਰ ਰਹੇ ਆ ਤੇ ਅਗਲੇ ਸਾਲ ਅਸੀਂ ਚਾਹੁੰਦੇ ਆ ਕਿ ਹੋਰ ਫੈਮਿਲੀਆਂਸ ਨਾਲ ਜੁੜਨ ਫਿਰ ਜਦੋਂ ਇਦਾਂ ਮਿਲਾਂਗੇ ਫਿਰ ਜਿਹੜਾ ਥੋੜਾ ਬਹੁਤ ਗੈਪ ਉਹ ਵੀ ਆਪਣਾ ਇਦਾਂ ਹੀ ਖਤਮ ਹੋ ਜਾਣਾ ਬਈ ਖੇਡ ਮੇਲੇ ਤਾਂ ਇੱਥੇ ਹੁੰਦੇ ਸੀ ਪਰ ਇਦਾਂ ਦੇ ਖੇਡ ਮੇਲੇ ਬਿਲਕੁਲ ਜਿਵੇਂ ਪੰਜਾਬ ਦੇ ਵਿੱਚ ਟੂਰਨਾਮੈਂਟ ਚੱਲਦਾ ਹੁੰਦਾ ਇਹ ਪਹਿਲੀ ਵਾਰੀ ਦੇਖਿਆ ਕਿਦਾਂ ਸਮਾਗ ਦੇ ਵਿੱਚ ਆਇਆ ਸੀ ਇਹ ਪਿਛਲੇ ਆਪਣਾ 3 ਸਾਲ ਹੋ ਗਿਆ ਆਪਾਂ ਨੂੰ ਇਹ ਕਰਾਉਂਦੇ ਨੂੰ ਕਿਉਂਕਿ ਅਸੀਂ ਜਿੱਦਾਂ ਸਾਡੇ ਪੈਂਡ 'ਚ ਹਰ ਸਾਲ ਟੂਰਨਾਮੈਂਟ ਹੁੰਦਾ ਸੀ ਤੇ ਅਸੀਂ ਉੱਥੇ ਵੀ ਜਿੱਦਾਂ ਮੂਰੇ ਹੋ ਕੇ ਸਾਰਾ ਕੁਝ ਕਰਾਉਣਾ ਫਿਰ ਜਦੋਂ ਇੱਥੇ ਆ ਗਏ ਉਹ ਚੀਜ਼ ਬੜੀ ਮਿਸ ਕਰਦੇ ਸੀਗੇ ਫ ਫਿਰ ਇੱਦਾਂ ਸਾਰੇ ਨੇ ਮਿਲ ਜੁਲ ਕੇ ਫੈਸਲਾ ਲਿਆ ਕਿ ਹਰ ਸਾਲ ਜਿਵੇਂ ਪਿੰਡ ਚ ਗੇਮ ਹੁੰਦੀ ਸੀ ਇੱਥੇ ਵੀ ਕਰਾਈਏ ਸਾਰੇ ਲੋਕਾਂ ਨੂੰ ਕਿਉਂਕਿ ਇੱਕ ਖੇਡਾਂ ਇੱਕ ਜਰੀਆ ਹੈ ਇੱਕ ਇਕੱਠੇ ਹੋਣ ਦਾ ਜਰੀਆ ਆ ਨੌਜਵਾਨਾਂ ਦੀ ਜਿਹੜੀ એનર્ਜੀ ਦੂਜੇ ਪਾਸੇ ਲੱਗਣੀ ਉਹਨਾਂ ਨੂੰ ਸਹੀ ਰਾਹ ਦਿਖਾਉਣਾ ਕਿਉਂਕਿ ਜਦੋਂ ਨੌਜਵਾਨਾਂ ਕੋ ਕੋਈ ਮੋਟਿਵ ਨਹੀਂ ਉਹ ਫਿਰ ਇੱਧਰ ਉੱਧਰ ਫਿਰਦੇ ਆ ਪਰ ਜਦੋਂ ਉਹ ਦੇਖਦੇ ਆ ਕਿ ਇੱਕ ਤਾਂ ਖੇਡ ਕੇ ਬੰਦਾ ਸਰੀਰਕ ਤੌਰ ਤੇ ਫਿੱਟ ਰਹਿੰਦਾ ਆ ਤੇ ਮੈਂਟਲੀ ਵੀ ਉਹ ਫਿੱਟ ਹੋ ਜਾਂਦਾ ਆ ਤੇ ਉਹ ਜਿਹੜਾ ਮਾੜੀ ਚੀਜ਼ ਫਿਰ ਉਹਨਾਂ ਦੇ ਦਿਮਾਗ 'ਚ ਕਦੇ ਆਉਂਦੀ ਨਹੀਂ ਭਈ ਇੱਕ ਨਾ ਜਦੋਂ ਪੰਜਾਬ ਦੇ ਵਿੱਚ ਟੂਰਨਾਮੈਂਟ ਹੁੰਦੇ ਸੀਗੇ 28 ਕਿਲੋ ਤੋਂ ਬਜਨੀ ਕਬੱਡੀ ਸਟਾਰਟ ਹੁੰਦੀ ਸੀਗੀ 28 ਕਿਲੋ 32 37 42 47 52 57 62 ਤੇ ਫਿਰ ਇੱਕ ਮਿੰਟ ਓਪਨ ਹੁੰਦਾ ਹੁੰਦਾ ਸੀਗਾ ਹੁਣ ਕੀ ਆ ਆਪਾਂ 14 ਸਾਲ ਦਾ ਬੱਚਾ ਵੀ ਨਸ਼ਾ ਕਰਦਾ 18 ਸਾਲ ਦਾ ਵੀ ਕਰਦਾ 12-12 ਸਾਲਾਂ ਦੇ ਬੱਚੇ ਨਸ਼ਾ ਕਰਦੇ ਆ ਹੁਣ ਕੀ ਆ ਵੱਡੇ ਮੁੰਡੇ ਕਬੱਡੀ ਖੇਡਦੇ ਉਹ ਛੋਟੀਆਂ ਜਿਹੜੀਆਂ ਗੇਮਾਂ ਹੁੰਦੀਆਂ ਸੀਗੀਆਂ ਬੱਚਿਆਂ ਨੂੰ ਚਾਹ ਹੁੰਦਾ ਸੀ ਇੱਕ ਟਰੋਫੀ ਲਈ ਜਾਂ ਕੋਈ ਮਾੜਾ ਮੋਟਾ 2-400 ਰੁਪਏ ਲਈ ਸੋ ਉਹ ਗੇਮਾਂ ਕਿਤੇ ਨਾ ਕਿਤੇ ਬੰਦ ਹੋ ਗਈਆਂ ਉਹ ਜ਼ਰੂਰ ਚੱਲਣੀਆਂ ਚਾਹੀਦੀ ਕਬੱਡੀ ਨੂੰ ਕਿਉਂਕਿ ਇਹਦਾ ਨਾਂ ਪਿੰਡੂ ਖੇਡ ਮੇਲਾ ਆ ਬਹੁਤ ਚਿਰ ਦੀ ਅਸੀਂ ਟਰਾਈ ਕਰ ਰਹੇ ਹਾਂ ਹੁਣ ਇਸ ਸਾਲ ਸਾਡੀ ਕਬੱਡੀ ਦੀ ਫੈਡਰੇਸ਼ਨ ਆ ਜਿਹੜੀ ਉਹਨਾਂ ਨਾਲ ਵੀ ਬੀਸੀ ਦੀ ਫੈਡਰੇਸ਼ਨ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਤੇ ਉਹ ਕਹਿੰਦੇ ਸੀ ਆਪਾਂ ਕੋਈ ਚੱਕਰ ਨਹੀਂ ਨੈਕਸਟ ਈਅਰ ਬੈਠਾਂਗੇ ਇਸ ਚੀਜ਼ ਬਾਰੇ ਗੱਲ ਕਰਾਂਗੇ ਇੱਥੇ ਕਾਫੀ ਹੁਣ ਬੱਚੇ ਜਿਹੜੇ ਇੱਧਰ ਜਿਹੜੇ ਇੰਡੀਆ ਤੋਂ ਆ ਉਹ ਘੱਟ ਨੇ ਪਰ ਜਿਹੜੇ ਇੱਧਰਲੇ ਜੰਪਾਲਾ ਉਹਨਾਂ ਨੂੰ ਕਾਫੀ ਚਾਹ ਇੱਥੇ ਕਬੱਡੀ ਦਾ ਤੇ ਉਹ ਖੇਡਦੇ ਵੀ ਆ ਮੇਰੀ ਇੱਕ ਮੁੰਡਾ ਪਹਿਲਵਾਨੀ ਕਰਦਾ ਉਹਦੇ ਨਾਲ ਵੀ ਗੱਲ ਹੋਈ ਸੀ ਇਸ ਸਾਲ ਸੀਗਾ ਸਾਡਾ ਪਲਾਨ ਜਿਹੜੀ ਉਹ ਕੁਸ਼ ਬਟ ਉਹ ਟਾਈਮ ਸ਼ੋਰਟ ਕਰਕੇ ਨਹੀਂ ਕਰਾ ਹੋਈ ਬਟ ਅਗਲੇ ਸਾਲ ਤੋਂ ਇਦਾਂ ਦੀਆਂ ਸਾਰੀਆਂ ਗੇਮਾਂ ਵੀ ਅਸੀਂ ਐਡ ਕਰਨ ਦਾ ਸੋਚ ਰਹੇ ਹਾਂ ਕਿੜੀਆਂ ਕਿੜੀਆਂ ਗੇਮਾਂ ਨੇ ਜਿਹੜੀਆਂ ਇਸ ਵਾਰ ਹੋਈਆਂ ਇਸ ਵਾਰ ਆਪਣੀ ਕ੍ਰਿਕਟ ਹੋਈ ਆ ਬਾਲੀਬਾਲ ਹੋਈ ਆ ਬੈਡਮਿੰਟਨ ਹੋਈ ਆ ਬਾਬਿਆਂ ਦੀ ਸੀਪ ਹੋਈ ਆ 뮤지컬 ਚੇਅਰ ਕਰਾਇਆ ਸੀਗਾ ਕੁੜੀਆਂ ਵਾਸਤੇ ਕ੍ਰਿਕਟ ਤੇ ਹਾਂਜੀ ਇਹ ਹੋਈਆਂ ਇਸ ਵਾਰ ਗੇਮਾਂ ਬਈ ਇੱਕ ਨਾ ਉਹ ਚੀਜ਼ ਦਾ ਪਾੜਾ ਜਿਹੜਾ ਸੀਗਾ ਵੀ ਜੀ ਇੰਟਰਨੈਸ਼ਨਲ ਸਟੂਡੈਂਟ ਨੇ ਜੇ ਕੋਈ ਕਿਤੇ ਕਹਿੰਦੇ ਹੁੰਦੇ ਨੇ ਵੀ ਕੋਈ ਮੜੀ ਜੀ ਗੱਲ ਹੁੰਦੀ ਸੀ ਇਹ ਤਾਂ ਜੀ ਇੰਟਰਨੈਸ਼ਨਲ ਸਟੂਡੈਂਟ ਨੇ ਕੀਤੀ ਆ ਜਾਂ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆ ਉਹ ਕਹਿੰਦੇ ਨੇ ਨਾ ਜੀ ਜੇ ਅਸੀਂ ਐ ਕਰਦੇ ਆ ਤੁਸੀਂ ਕਿਹੜਾ ਘਾਟੋਂ ਤੁਸੀਂ ਵੀ ਐ ਕਰਦੇ ਉਹ ਜਿਹੜਾ ਇੱਕ ਪਾੜਾ ਜਾਂ ਬੜਾ ਵੱਡਾ ਪੈ ਗਿਆ ਸੀਗਾ ਦੁੱਖ ਹੁੰਦਾ ਸੀ ਕਿਉਂਕਿ ਜ਼ਿਆਦਾਤਰ ਆਪਾਂ ਕਹਿੰਦੇ ਹੁੰਦਾ ਬਾਹਲੇ ਚ ਲੋਕ ਐ ਇਹ ਗੱਲ ਕਹਿੰਦੇ ਹੁੰਦੇ ਆ ਵੀ ਇੱਥੇ ਹੀ ਕਾਤੇ ਆਈ ਜਾਂਦੇ ਆ ਯਾਰ ਸਟੂਡੈਂਟ ਸਰੀ ਚ ਹੀ ਕਾਤੇ ਆਈ ਜਾਂਦੇ ਆ ਸ ਤਾ ਜਾਣਦੇ ਵੀ ਭਾਈ ਆਪਣੇ ਚਾਚੇ ਤਾਏ ਨੇ ਚਲੋ ਜੇ ਕਿਤੇ ਲੋੜ ਪਊ ਤਾਂ ਆਪਣੇ ਸਾਥ ਦੇਣਗੇ ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਮੈਂ ਜਿੱਦਾਂ ਹੁਣ ਜਿੰਨਾ ਕਿ ਅਸੀਂ ਕਲੋਜ਼ਲੀ ਵਾਚ ਕੀਤਾ ਘੱਟ ਪਰਸੈਂਟੇਜ ਆ ਜਿੱਦਾਂ ਕੋਸ਼ਕ ਸਟੂਡੈਂਟਸ ਵੀ ਖਰਾਬੀ ਕਰਦੇ ਨੇ ਕੁਝ ਇਧਰਲੇ ਵੀ ਖਰਾਬੀ ਕਰਦੇ ਨੇ ਉਹ ਬਟ ਜਦੋਂ ਫਿਰ ਉਹ ਗੱਲ ਚੱਕੀ ਜਾਂਦੀ ਸੋਸ਼ਲ ਮੀਡੀਆ ਆ ਗਿਆ ਜਮਾਨਾ ਉਹ ਚੱਕ ਕੇ ਵੀਡੀਓ ਸੋਸ਼ਲ ਮੀਡੀਆ ਦੇ ਪਾ ਦਿੰਦੇ ਨੇ ਉਹ ਬਾਦੀ 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 ਗਾਂ ਉਹ ਕੁਝ ਹੋਰ ਹੀ ਰੂਪਰੇਖਾ ਲੈ ਲੈਂਦੀ ਆ ਇਹ ਉਹ ਸੋਰੀ ਟੋਟੀ ਗੱਲ ਵਿਚਾਲੇ ਉਹੀ ਆ ਵੀ ਜਿਹੜੀ ਘਰ ਦੇ ਵਿੱਚ ਵੀ ਲੜਾਈ ਹੁੰਦੀ ਸੱਸ ਨੂੰ ਉਹਦੀ ਲੜਾਈ ਹੁੰਦੀ ਸੀ ਨਾ ਜਦੋਂ ਕਿਤੇ ਬਾਹਰਲੇ ਨੂੰ ਪਤਾ ਲੱਗ ਜਾਂਦੇ ਸੀ ਉਹ ਫਿਰ ਉਦੋਂ ਗਾੜ ਲਿਆ ਹੁੰਦਾ ਬਣਦੀ ਬਣਦੀ ਗੱਲ ਕੁਝ ਹੋਰ ਹੀ ਬਣ ਜਾਂਦੀ ਸੀ ਸੋ ਉੱਚੀ ਸੋਸ਼ਲ ਮੀਡੀਆ ਨੇ ਨਭਾਈਓ ਮੇਰੇ ਖਾਲ ਇਹ ਇੰਨੀ ਇੱਕ ਆਪਣੀ ਕਹਿ ਲਓ ਕਿ ਇਤਰਾਸ ਦੀ ਹੈ ਕਿ ਆਪਣੀ ਕੌਮ ਨੂੰ ਇਹ ਪਤਾ ਨਹੀਂ ਕੌਣ ਲੋਕ ਨੇ ਪਰ ਮੈਂ ਦੇਖਦਾ ਕਿ ਇਹਨਾਂ ਨੂੰ ਇਕੱਠੇ ਹੋਣਾ ਦੇਣਾ ਨਹੀਂ ਚਾਹੁੰਦੇ ਚ ਇੱਕਠੇ ਹੋ ਗਏ ਫਿਰ ਇਹੋ ਜੀ ਮਤਲਬ ਹੈ ਨਹੀਂ ਕਿ ਪੰਜਾਬੀ ਇਹ ਗੱਲ ਨਾ ਮੈਨੂੰ ਇਹ ਤੇ ਇੱਕ ਗੱਲ ਜਿਆਦਾ ਕਿ ਜਦੋਂ ਕਹਿੰਦੇ ਸੀ ਵੀ ਰਾਤ ਨੂੰ ਸਲਾਹ ਨਹੀਂ ਕਰੀਦੀ ਹੁਣ ਤੱਕ ਇਹ ਵਿਚਾਰ ਬਣਿਆ ਸੀ ਵੀ ਰਾਤ ਨੂੰ ਸਲਾਹ ਨਹੀਂ ਕਰੀਦੀ ਵੀ ਭਾਈ ਰਾਤ ਨੂੰ ਇਹਨਾਂ ਕੋਲੇ ਵਿਹਲਾ ਜਾਂ ਟਾਈਮ ਹੁੰਦਾ ਵੀ ਇੱਕ ਵਿਚਾਰ ਫਲਾ ਦੋ ਵੀ ਰਾਤ ਨੂੰ ਸਲਾਹ ਨਹੀਂ ਕਰੀਦੀ ਵੀ ਜਿਹੜੇ ਟਾਈਮ ਇਹਨਾਂ ਕੋਲੇ ਟਾਈਮ ਵਿਹਲਾ ਟਾਈਮ ਹੁੰਦਾ ਉਹ ਟਾਈਮ ਇਹਨਾਂ ਨੂੰ ਕਹਦੇ ਵੀ ਸਲਾਹ ਨਹੀਂ ਕਰੀਦੀ ਬਾਕੀ ਟਾਈਮ ਇਹ ਆਪ ਦਾ ਖੇਤੀਬੱਤੀ ਚ ਰਹਿੰਦੇ ਆ ਚਲੋ ਜੀ ਨਹੀਂ ਕੋਈ ਪੁੱਠੀ ਗੱਲ ਨਹੀਂ ਸੋਚਣਗੇ ਸੋ ਇਹ ਗੱਲ ਤੁਸੀਂ ਵਧੀਆ ਕੀਤੀ ਤੁਸੀਂ ਸੇਮ ਉਹੀ ਚੀਜ਼ ਲਾ ਲਓ ਤੁਸੀਂ ਕਿ ਨਾ ਇਕੱਠੇ ਲੋਕੀ ਆਪਾਂ ਨੂੰ ਦੇਖਣਾ ਨਹੀਂ ਚਾਹੁੰਦੇ ਪਰ ਆਪਾਂ ਆਪਣੇ ਵੱਲੋਂ ਪੂਰਾ ਜ਼ੋਰ ਲਾਉਣਾ ਸਾਰਿਆਂ ਨੂੰ ਇੱਕ ਕਰਨਾ ਇਕੱਠੇ ਰਹਿਣਾ ਇਹੀ ਯੂਨਿਟੀ ਦਾ ਸੰਦੇਸ਼ ਦਵਾਂਗੇ ਫੇਰ ਹੀ ਆਪਣਾ ਹੋਊਗਾ ਸੋ ਇਹ ਸੋ ਉਹੀ ਹੋ ਜਾਣਾ ਫਿਰ ਉਹ ਕੋਈ ਗੱਲ ਖਿੱਚਣ ਦਾ ਫਾਇਦਾ ਨਹੀਂ ਨਾਲੇ ਭਾਈ ਮੈਂ ਅਕਸਰ ਇਹ ਗੱਲ ਕਹਨ ਹੁੰਦਾ ਵੀ ਆਪਾਂ ਨਾ ਕੋਈ ਜਲੰਧਰ ਤੋਂ ਆਇਆ ਕੋਈ ਆਪਾਂ ਮੋਗੇ ਤੋਂ ਆ ਕੋਈ ਬਠਿੰਡੇ ਤੋਂ ਆ ਕਮਰਸਰ ਤੋਂ ਆ ਮੈਨੂੰ ਲੱਗਦਾ ਵੀ ਜੇ ਆਪਾਂ 5-10 ਮਿੰਟ ਇੱਕ ਦੂਜੇ ਨਾਲ ਖੜ ਕੇ ਗੱਲ ਕਰ ਲਈ ਕੋਈ ਨਾ ਕੋਈ ਭੂਆ ਮਾਸੀ ਦੀ ਰਿਸ਼ਤਦਾਰੀ ਨਿਕਲੀ ਆਉਂਦੀ ਆ ਫਿਰ ਉਹ ਆਪਾਂ ਇੱਕ ਹੀ ਆ ਫਿਰ ਆਪਾਂ ਕਿਉਂ ਇੱਕ ਦੂਜੇ ਨਾਲ ਕੋਈ ਮੇਨ ਗੱਲ ਇਹ ਆ ਕਿ ਇੱਕੋ ਹੀ ਆ ਸੋ ਇੱਕੋ ਹੀ ਰਹੀਏ ਅੱਗੇ ਆਪਾਂ ਤਾਂ 2% ਆ ਜੋ ਵੀ ਹੁਣ ਇੱਕ ਇੱਕ ਕਰ ਲਿਆ ਫਿਰ ਫਾਇਦਾ ਨਹੀਂ ਬਿਲਕੁਲ ਤੇ ਭਾਈ ਜੀ ਬੜੀਆਂ ਔਕੜਾਂ ਵੀ ਆਈਆਂ ਹੋਣਗੀਆਂ ਕਿਉਂਕਿ بڑے ਔਖ ਪਹਿਲੇ ਸਾਲ ਤਾ ਬੜਾ ਔਖਾ ਸੀ ਹੁਣ ਜਦਾਂ ਜਦਾਂ ਐਕਸਪੀਰੀਅੰਸ ਆ ਜਾਂਦਾ ਟੀਮ ਆ ਸਾਰੀ ਬਹੁਤ ਸਾਥ ਦਿੰਦੀ ਆ ਸਾਰੇ ਮੁੰਡੇ ਆ ਆਪਣੇ ਨਾਲ ਜਦੋਂ ਤੇ ਜੁੜੇ ਆ ਨਾ ਹਰੇਕ ਨੂੰ ਚਾਹ ਹੁੰਦਾ ਫਿਰ ਉਹ ਪੂਰਾ ਹੌਮ ਹੁਮਾਕੇ ਦਿੰਦਾ ਜਦੋਂ ਸਾਥ ਫਿਰ ਸੌਖਾ ਹੋ ਜਾਂਦਾ ਕਿ ਪਹਿਲਾ ਸਾਲ ਔਖਾ ਸੀ ਹੁਣ ਤਾਂ ਸੋ ਇਧਰ ਹੀ ਤੁਰੇ ਫਿਰਦੇ ਆ ਮੁੰਡੇ ਆਪੇ ਸੰਭੀ ਜਾਂਦੇ ਆ ਸਾਨੂੰ ਦੇਖਣ ਦੀ ਵੀ ਨਹੀਂ ਲੋੜ ਪੈ ਰਹੀ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਂਗੇ ਬਖੀਰ ਜੀ ਪਰਿਵਾਰਾਂ ਨੂੰ ਇਹੀ ਚਾਹੁੰਦੇ ਆ ਜਿੱਦਾਂ ਉਹ ਸਾਡਾ ਪਿੰਡ ਉੱਥੇ ਟੂਰਨਾਮੈਂਟ ਹੁੰਦਾ ਸੀ ਹੈਨਾ ਵੱਖਰੇ ਵੱਖਰੇ ਪਰਿਵਾਰ ਸੇਵਾ ਲੈਂਦੇ ਹੁੰਦੇ ਸੀਗੇ ਕਿ ਅੱਜ ਲੰਗਰ ਦੀ ਸੇਵਾ ਇਸ ਪਰਿਵਾਰ ਤੋਂ ਇਸ ਵਾਰ ਤੰਦੂਰੀ ਟਾਉਨ ਨੇ ਉਹ ਸੇਵਾ ਲਈ ਬੜੀ ਵਧੀਆ ਨਿਭਾ ਕੇ ਗਏ ਲੋਕੀ ਬੜੇ ਖੁਸ਼ ਸੀ ਸੋ ਇਹੀ ਅਸੀਂ ਚਾਹੁੰਦੇ ਆ ਕਿ ਵੱਧ ਤੋਂ ਵੱਧ ਪਰਿਵਾਰ ਜੁੜਨ ਇਹ ਨੌਜਵਾਨਾਂ ਨੂੰ ਕਿਉਂਕਿ ਜੇ ਨੌਜਵਾਨ ਚੰਗੇ ਰਾਹ ਤੇ ਪਹਿਣਗੇ ਆਪਣੀ ਸੋਸਾਇਟੀ ਵਧੀਆ ਰਹੂਗੀ ਸੋ ਪਰਿਵਾਰਾਂ ਨੂੰ ਥੋੜਾ ਜਿਹਾ ਸਾਥ ਦੇਣਾ ਚਾਹੀਦਾ ਕਿ ਅੱਗੇ ਤੋਂ ਅਸੀਂ ਕੋਈ ਪੈਸਾ ਨਹੀਂ ਡਿਮਾਂਡ ਨਹੀਂ ਰੱਖਦੇ ਅੱਜ ਤੱਕ ਅਸੀਂ ਪੈਸੇ ਨਹੀਂ ਕਲੈਕਟ ਸਕਣ ਤਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਸਾਡੇ ਬਸ ਉਹ ਹੀ ਖੂਦ ਟਿੰਡਾ ਵਾਲਾ ਕੰਮ ਬਈ ਇੱਕ ਨੇ ਪਾਣੀ ਚੱਕ ਲਿਆ ਵੀ ਤੂੰ ਮਗਰਾਂ ਵੀ ਤੂੰ ਵੀ ਚੱਕ ਹੁਣ ਕਿਉਂਕਿ ਸਾਰੇ ਇਕੱਠੇ ਹੋ ਕੇ ਚੱਕਦੇ ਨੇ ਇੱਕ ਨਾਲ ਦਾ ਕੁਛ ਨਹੀਂ ਨਹੀਂ ਉਹੀ ਮੇਨ ਗੱਲ ਆ ਕਿਉਂਕਿ ਇੱਥੇ ਆਏ ਆ ਕਿ ਹੁਣ ਪਲੇਅਰਾਂ ਨੂੰ ਐਪਰੀਸ਼ੀਏਸ਼ਨ ਹੋ ਜਾਂਦੀ ਹੈ ਹੌਸਲਾ ਮਿਲਦਾ ਉਹ ਫਿਰ ਹੋਰ ਵੀ ਜ਼ਿਆਦਾ ਇਧਰਲੇ ਪਾਸੇ ਤੁਰਦੇ ਆ ਜਿਵੇਂ ਕਬੱਡੀ ਨੂੰ ਇੰਨਾ ਪਿਆਰ ਦਿੰਨੇ ਹੋ ਬਾਕੀ ਸਪੋਰਟਸ ਗੇਮਾਂ ਨੂੰ ਵੀ ਆਪਾਂ ਨੂੰ ਪਿਆਰ ਦੇਣਾ ਚਾਹੀਦਾ ਬਹੁਤ ਵਧੀਆ ਬਈ ਬੜਾ ਵਧੀਆ ਲੱਗਾ ਤੁਹਾਡੇ ਨਾਲ ਸਸੀ ਗਾਲ ਜੀ ਬਹੁਤ ਅੱਛਾ ਲੱਗਾ ਜੀ ਮੈਨੂੰ ਅੱਜ ਪਹਿਲੀ ਵਾਰੀ ਇਹੋ ਜਿਹਾ ਗੇਮ ਮੈਂ ਵੇਖਣ ਦਾ ਟਾਈਮ ਮਿਲਿਆ ਹੈ ਔਰ ਮੈਂ ਬੁਧਾਈ ਦਿੰਦਾ ਮੈਂ ਪ੍ਰਬੰਧਕਾਂ ਨੂੰ ਤੇ ਆਪਣੇ ਸਾਰੇ ਵੀਰਾਂ ਨੂੰ ਥੈਂਕ ਯੂ ਕੀ ਬਾਤ ਹੈ ਜੀ ਕੀ ਤੁਸੀਂ ਗੱਲਬਾਤ ਕਰਨ ਤੋਂ ਜਾਗਦੇ ਫਿਰ ਤਾਂ ਗੱਲਬਾਤ ਸੁਣਾਓ ਮੈਂ ਕਬੱਡੀ ਪਲੇਅਰ ਰਿਆ ਜੀ ਡਿਫੈਂਸ ਦੇ ਵਿੱਚ ਕੀ ਬਾਤ ਹੈ ਹਾਂ ਜੀ ਪੁਟਾਨ ਸਿਕਮ ਇਧਰ ਆਪਣਾ ਗੁਜਰਾਤ ਵੱਲ ਮੱਧ ਪ੍ਰਦੇਸ਼ ਮੈਂ ਮੇਰਠ ਸਾਰੇ ਥਾਵਾਂ ਤੇ ਕਬੱਡੀ ਖੇਡੀ ਹੋਈ ਜੀ ਨੇਸ਼ਨਲ ਸਟਾਈਲ ਕੀ ਬਾਤ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਪਹਿਲੇ ਵਲ ਤੋਂ ਸਾਇਓ ਨੂੰ ਪੈਵਰੇ ਸਤਿ ਸ੍ਰੀ ਅਕਾਲ ਮੈਂ ਤੇ ਬਸ ਇਹ ਕਹਾਂਗੇ ਮੈਨੂੰ ਇਹਨਾਂ ਨੇ ਦੱਸਿਆ ਯੰਗਸਟਰ ਇਕੱਠੇ ਹੋਏ ਮੈਂ ਆਪ ਸਪੋਰਟਸ ਤੇ ਜਾਂ ਜੜੀ ਦਾ ਸਪੋਰਟ ਸੀ ਮੈਂ ਆਪ ਵੀ ਨੈਸ਼ਨਲ ਖੇਡਿਆ ਵਾ ਕੇਵੀਐਸ ਵਾਸਤੇ ਨੈਸ਼ਨਲ ਹਾਕੀ ਖੇਡਿਆ ਵਾ ਬਾਕੀ ਸਾਰੇ ਕੀਮ ਕਿਹੜੀ ਸੀ ਉਹ ਵੀ ਗੱਲ ਸੀ ਜਿਹਨਾਂ ਨੇ ਕਿਹਾ ਕਿ ਇਸ এডਿਕੇਸ਼ਨ ਪਲੱਸ ਹੈਲਥ ਆਪਾਂ ਇਸ ਚੀਜ਼ ਬਿਜ਼ੀ ਹੋ ਜਾਾਂਗੇ ਆਪਾਂ ਨੂੰ ਹੋਰ ਕੰਮ ਕਰਨ ਦਾ ਜਾਂ ਕੁੱਟੇ ਪਾਸੇ ਸੋਚਣ ਦਾ ਵੀ ਆਪਾਂ ਨੂੰ ਮੌਕਾ ਨਹੀਂ ਮਿਲੂਗਾ ਤੇ ਅਸੀਂ ਇਹੀ ਚਾਹੁੰਦੇ ਕਿ ਯੂਥ ਵੀ ਇਸੇ ਪਾਸੇ ਚੰਗੀ ਵੱਲ ਨੂੰ ਜਾਵੇ ਜਿਵੇਂ ਤੁਸੀਂ ਕਿਹਾ ਕਿ ਸਟੂਡੈਂਟਸ ਆ ਆਪ ਆਪਾਂ ਚੰਗੀ ਚੀਜ਼ਾਂ ਲਈਏ ਮਾੜੀ ਚੀਜ਼ਾਂ ਕਿਉਂ ਆਪਾਂ ਦੇਖੀਏ ਬਹੁਤ ਕੁਝ ਕਰਨ ਨੂੰ ਹੈਗਾ ਕਮਨੀ ਵਾਸਤੇ ਆਪਣੇ ਵਾਸਤੇ ਸੋਸਾਇਟੀ ਵਾਸਤੇ ਜੋ ਬਹੁਤ ਕੁਝ ਕਰ ਰਿਹਾ ਜਿਆਦਾ ਕਰ ਰਿਹਾ ਇਸ ਕਮੇਟੀ ਹੈਲਪ ਤੇ ਆਪਾਂ ਚੰਗਾ ਐਗਜ਼ਾਮਪਲ ਬਣੀਆਂ ਐਂਡ ਥੀਸ ਯੰਗਸਟਰਸ ਆਰ ਐਕਚੁਅਲੀ ਅ ਗੁੱਡ ਐਗਜ਼ਾਮਪਲ ਫਾਰ एवरीवन ਤੋਂ ਮੇਰੀਆਂ ਨਾਲ ਵਿਸ਼ੇ ਜਿਹਨੇ ਵੀ ਇੱਥੇ ਚਿਹਰੇ ਆਏ ਨੇ ਮੇਰੇ ਸਾਹਮਣੇ ਨਾਲ ਮੇਰੀ ਰਾਈਟ ਸਾਈਡ ਤੇ ਜਿੰਨੇ ਵੀ ਬਜ਼ੁਰਗ ਬੈਠਦੇ ਆ ਮੈਨੂੰ ਲੱਗਾ ਵੀ ਇੰਨਾ ਹੱਸਦੇ ਤੇ ਇੰਨੀ ਖੁਸ਼ੀ ਦੇ ਵਿੱਚ ਅੱਜ ਬਜ਼ੁਰਗਾਂ ਨੂੰ ਪਹਿਲੀ ਵਾਰ ਹੀ ਦੇਖਿਆ ਮੈਂ ਬਹੁਤ ਖੁਸ਼ੀ ਕੇ ਬਜ਼ੁਰਗ ਜੀ 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 ਥੈਂਕ ਯੂ ਜੀ ਬੜਾ ਚੰਗਾ ਲੱਗਿਆ ਧੰਵਾਦ ਮਾ ਚੜ੍ਹਦੀ ਕਲਾ ਜਿਦਾਂ ਰੱਖੇ ਤੁਹਾਨੂੰ ਇੱਥੇ ਟੂਰਨਾਮੈਂਟ ਕਰਾਉਂਦੇ ਰਹੋ ਥੈਂਕ ਯੂ ਬਾਈ ਜੀ ਅੱਜ ਅਸੀਂ ਪਿੰਡੂ ਖੇਡ ਮੇਲੇ ਤੇ ਪਹੁੰਚੇ ਹੋਏ ਸੀਗੇ ਜੀ ਤੁਹਾਨੂੰ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਾਈਆਂ ਜਿੰਨੇ ਦੇ ਪ੍ਰਬੰਧਕ ਸੀ ਉਹਨਾਂ ਦੇ ਨਾਲ ਉਹਨਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਾਈਆਂ ਤੇ ਨਾਲ ਦੀ ਨਾਲ ਤੁਹਾਨੂੰ ਮੈਚ ਵੀ ਦਿਖਾਏ ਨੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ক্রিকেট ਦਾ ਜਿਹੜਾ ਫਾਈਨਲ ਮੈਚ ਆ ਉਹ ਵੀ ਚੱਲ ਰਿਹਾ ਤੇ ਪ੍ਰਬੰਧਕਾਂ ਦਾ ਬੜਾ ਧੰਨਵਾਦ ਜੀ ਜਿਨ੍ਹਾਂ ਨੇ ਅਵਾਰਡ ਮੈਨੂੰ ਦਿੱਤਾ ਜੀ ਤੇ ਚਲੋ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਇਦਾਂ ਦੇ ਖੇਡ ਮੇਲੇ ਹੋਣੇ ਚਾਹੀਦੇ ਨੇ ਮੈਂ ਪ੍ਰਬੰਧਕਾਂ ਦੇ ਨਾਲ ਇੱਕ ਇਹ ਗੱਲ ਕੀਤੀ ਸੀ ਵੀ ਪਿੰਡਾਂ ਦੇ ਵਿੱਚ ਜਿੰਨੇ ਵੀ ਪਰਿਵਾਰ ਸੌਂਦੇ ਨੇ ਸਾਰਿਆਂ ਨੂੰ ਪਤਾ ਵੀ 28 32 37 ਬਜਨੀ ਕਬੱਡੀ ਹੁੰਦੀ ਹੁੰਦੀ ਸੀ ਤੇ ਛੋਟੇ ਬੱਚਿਆਂ ਨੂੰ ਬੜਾ ਸ਼ੌਂਕ ਹੁੰਦਾ ਸੀਗਾ ਉਹ ਟੂਰਨਾਮੈਂਟ ਜਿੱਤਣ ਦਾ ਨਿੱਕੇ ਨਿੱਕੇ ਟਰਾਫੀਆਂ ਲਈ 2-400 ਰੁਪਏ ਦਾ ਨਾਮ ਹੁੰਦਾ ਸੀ ਜਾਂ ਭਾਂਡੇ ਹੁੰਦੇ ਸੀਗੇ ਪਰ ਕਿਤੇ ਨਾ ਕਿਤੇ ਜਿਹੜੇ 28 32 37 ਵਾਲੇ ਜਵਾਗ ਛੋਟੇ ਸੀਗੇ ਜਿਹੜੇ ਖੇਡਦੇ ਹੁੰਦੇ ਸੀਗੇ ਕਿਤੇ ਨਾ ਕਿਤੇ ਉਹ ਗੀਮਾਂ ਖਤਮ ਹੋ ਗਈਆਂ ਤੇ ਹੁਣ ਜਿਹੜੀ 65 ਕਿਲੋ ਤੋਂ ਉੱਪਰ ਉੱਪਰ ਦੀ ਜਿਹੜੀ ਬਜਨੀ ਕਬੱਡੀ ਜਿਹ ਤੇ ਉਹ ਟੂਰਨਾਮੈਂਟ ਵੀ ਹੋਣੇ ਚਾਹੀਦੇ ਨੇ ਪਰ ਜਿੰਨੇ ਵੀ ਪ੍ਰਬੰਧਕ ਸੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੜੇ ਸਾਫ ਸੁਥਰੇ ਤਰੀਕੇ ਨਾਲ ਤੇ ਸਾਰੇ ਮੁੰਡਿਆਂ ਨੇ ਕੁੜੀਆਂ ਰਲ ਕੇ ਸਾਰਿਆਂ ਨੇ ਬਜ਼ੁਰਗ ਨਾਲ ਰਲ ਕੇ ਪਰਿਵਾਰ ਨਾਲ ਰਲ ਕੇ ਸਾਰਿਆਂ ਨੇ ਟੂਰਨਾਮੈਂਟ ਕਰਵਾਇਆ ਜੀ ਬੜਾ ਸੋਹਣਾ ਟੂਰਨਾਮੈਂਟ ਗਿਆ ਅਗਲੇ ਸਾਲ ਤੋਂ ਜਦੋਂ ਤੁਹਾਨੂੰ ਪਤਾ ਲੱਗਦਾ ਵੀ ਪੇਂਡੂ ਖੇਡ ਮੇਲਾ ਕਿਤੇ ਹੋ ਰਿਹਾ ਤਾਂ ਜਰੂਰ ਇਹਨਾਂ ਦਾ ਸਾਥ ਦਿਓ ਜੀ ਸਾਡੇ ਵੱਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਕਿਉਂਕਿ ਠੰਡ ਬੜੀ ਹੈ ਮੇਰੇ ਜਵਾਨ ਵੀ ਹੁਣ ਕੰਮ ਬਰੀ ਠੰਡ ਹੋ ਗਈ ਥੋੜੀ ਜੀ ਤੇ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ